ਲਾਵੀ ਮਿੱਤਰੋ ਗੱਲ ਸੁਣੀ ਸੀ ਬਾਬਾ ਵੇ ਕਲਾਮ ਰੋਡ ਪਤਾ ਨਹੀਂ ਬਾਬੇ ਨੇ ਕੀ ਕੁਸਮ ਰੋਡ ਕੇ ਰੱਖ ਦਿੱਤਾ ਇਸ ਬੀਬੀ ਦਾ ਕੈਮਰੇ ਦੇ ਸਾਹਮਣੇ ਆਈ ਆਂਗਾਂ ਗਟੋ ਕੇ ਕੀ ਕੀਤਾ ਬਾਬੇ ਨੇ ਪੂਰਾ ਮਾਮਲਾ ਦਿਖਾਵਾਂਗੇ ਖਿੱਚ ਕੇ ਆ ਜਾ ਆਏ ਓ ਅੱਗੇ ਪਾਣੀ ਆ ਹੌਲੀ ਆ ਵੀ ਮੈਂ ਹੁਣ ਬਾਬੇ ਤੇ ਰਿਪੋਰਟ ਲਿਖਾਵਾਂ ਵੀ ਉਹਨੇ ਮੇਰੇ ਨਾਲ ਸਬੰਧ ਬਣਾਏ ਜਾਂ ਮੇਰੇ ਨਾਲ ਗਲਤ ਕੀਤਾ ਠੀਕ ਆ 2 ਸਾਲ ਤੱਕ ਤੁਸੀਂ 2.5 ਸਾਲ ਤੱਕ ਬੋਲੇ ਨਹੀਂ ਵੀ ਬਾਬਾ ਹਰਕਤਾਂ ਕਰਦਾ ਰਿਹਾ ਹੋਣੀ ਕਿਉਂ ਇਹ ਕੰਮ ਚੱਕਿਆ ਵੀ ਬਾਬਾ ਕੰਮ ਕਰਦਾ ਸੀ ਵੀਰੇ ਬਾਬਾ ਕਿਸੇ ਹੋਰ ਨਾਲ ਗੱਲ ਕਰਨ ਲੱਗ ਗਿਆ ਸੀ ਜਾਂ ਫਿਰ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਮੈਂ ਆਪਣੇ ਘਰਦਿਆਂ ਨੂੰ ਦੱਸਦੀਆਂ ਰਿਪੋਰਟਰਾਂ ਨੂੰ ਦੱਸਦੀਆਂ ਪੁਲਿਸ ਰਿਪੋਰਟ ਵੀ ਕੀਤੀ ਪੁਲਿਸ ਵਾਲੇ ਕੁਛ ਨਹੀਂ ਕਰਦੇ ਪਏਗੇ ਹੁਣ ਪੁਲਿਸ ਵਾਲੇ ਕੁਛ ਨਹੀਂ ਕਰਦੇ ਪਹਿਲਾਂ ਤੈਨੂੰ ਬਾਬੇ ਨੇ ਬੱਸ 'ਚ ਕਰ ਲਿਆ ਹੁਣ ਤੇਰਾ ਕੀ ਕਹਿਣਾ ਵੀ ਪੁਲਿਸ ਵੀ ਬੱਸ 'ਚ ਕਰ ਲਈ ਬ ਵੇ ਵਾਸਜ ਕਰ ਲਈ ਹੋਵੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੀ ਇਹ ਬਹੁਤ ਵੱਡੀ ਗਲਤੀ ਹੈ ਤੁਸੀਂ ਆਪ ਦੇ ਹੱਥੀਂ ਇਹਨਾਂ ਨੂੰ ਉੱਥੇ ਛੱਡ ਕੇ ਆਉਂਦੇ ਰਹੇ ਬਾਬੇ ਕੋਲੋਂ ਬਾਬੇ ਨੇ ਇਹਨਾਂ ਨਾਲ ਸਬੰਧ ਬਣਾਏ ਗਲਤ ਕੰਮ ਕੀਤਾ ਅੱਜ ਤੁਸੀਂ ਉਸ ਬਾਬੇ ਤੇ ਇਲਜ਼ਾਮ ਲਾਇਆ ਅੱਖਾਂ ਤੇ ਪਰਦਾ ਪਿਆਈ ਦਿਮਾਗ ਤੇ ਪਰਦਾ ਪਿਆਈ ਠੀਕਰ ਮੁੱਦਾ ਵੱਜਿਆ ਸੀ ਹੂੰ ਹੁਣ ਠੀਕਰ ਸਿੱਧਾ ਹੋ ਗਿਆ ਹੁਣ ਤਾਂ ਜਦੋਂ ਸਾਰੀ ਗੱਲ ਸਾਹਮਣੇ ਆ ਗਈ ਵੀ ਘਰੋਂ ਨੇ ਨਿਕਲਣ ਦੀ ਜੀ ਕਰਦਾ ਵੀਰੇ ਸਾਡੇ ਘਰ ਤੇ ਹੀ ਇਹੋ ਜਿਹਾ ਸਾਰੇ ਪਰਿਵਾਰ ਤੇ ਕੀਤਾ ਸੀਗਾ ਵੀ ਅੱਖਾਂ ਤੇ ਪੱਟੀਆਂ ਬੰਨੀਆਂ ਸੀਗੀਆਂ ਕੁਛ ਮਰਜੀ ਹੋਈ ਜਾਵੇ ਨਹੀਂ ਤੁਸੀਂ ਯਾਰ ਤੂੰ ਇੱਕ ਵਾਰੀ ਵੀ ਇਹ ਗੱਲ ਨਹੀਂ ਪੁੱਛੀ ਵੀ ਭਾਈ ਸਾਲ ਤਾਂ ਤੂੰ ਜਾਂਦਾ ਰਹਿਆਂ ਵੀ ਇਹਨੂੰ ਹੀ ਅੰਦਰ ਸਾਦਾ ਇਹਨੂੰ ਹੀ ਅੰਦਰ ਸਾਦਾ ਮੈਨੂੰ ਕਿਉਂ ਨਹੀਂ ਹੋਰ ਬੰਦੇ ਆਉਂਦੇ ਸੀ ਉੱਥੇ ਤੇ ਆ ਦੋਨੇ ਜੀਏ ਤੁਹਾਡੇ ਕੋਲੇ ਆਉਂਦੇ ਸੀ ਤੁਸੀਂ ਇਹਨਾਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਇਹਨਾਂ ਦਾ ਜਿਹੜਾ ਸਬੰਧ ਬਣਾਇ ਕਿ ਇਹ ਸੱਚ ਆ ਭਗਤਾ ਕਿਹੜੇ ਕਿਹੜੀ ਗੱਲ ਕਰਦੇ ਆ ਕਿਹੜਾ ਭਗਤਾ ਸਾਡਾ ਤੁਹਾਡੇ ਕੋਲੇ ਇੱਕ ਮਿੰਟ ਇੱਕ ਮਿੰਟ ਜੀ ਕੀ ਨਾਮ ਆ ਬਈ ਤੇਰਾ ਮਾਟੋ ਜੀ ਮਾਟੋ ਮਾਟੋ ਨਾ ਆਇਦਾ ਜੀ ਮਾਟੋ ਨਾਲ ਤੁਸੀਂ ਸਬੰਧ ਬਣਾਏ ਆ ਮੈਂ ਨਹੀਂ ਕਿਸੇ ਮਾਟੋ ਮੂਟੋ ਨੂੰ ਜਾਣਦਾ ਬੱਚਾ ਮਾਟੋ ਮਾਟੋ ਤੁਹਾਡਾ ਨਾਮ ਨਹੀਂ ਬਾਬਾ ਮੈਨੂੰ ਮਿੱਠੀ ਕਹਿੰਦਾ ਹੁੰਦਾ ਸੀ ਬਾਬੇ ਦਾ ਨਾਮ ਮਿੱਠੀ ਰੱਖਿਆ ਸੀ ਤੇਰਾ ਹਾਂਜੀ ਮਿੱਠੀ ਆ ਬਾਬਾ ਜੀ ਇਹਦਾ ਨਾਮ ਜਿਹੜਾ ਤੁਸੀਂ ਰੱਖਿਆ ਪਿਆਰ ਨਾਲ ਮਿੱਠੀ ਬੋਲਦੀ ਮਿੱਠੀ 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 ਦਾ ਮਿੱਠੀ ਹੈ ਹੀ ਫੇਰ ਕੀ ਹੋ ਗਿਆ ਨਹੀਂ ਤੁਸੀਂ ਬਾਬਾ ਜੀ ਇਹ ਗੱਲ ਨੂੰ ਕਲੀਅਰ ਕਰੋ ਕਿਉਂਕਿ ਅਸਲ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਮੈਂ ਉਦਾਂ ਹੀ ਫੋਨ ਲਾਇਆ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਇੰਟਰਵਿਊ ਚੱਲ ਰਹੀ ਹੈ ਨਾ ਇਹ ਆਪਦਾ ਪੱਖ ਦੱਸ ਰਹੇ ਆ ਕੈਮਰਾ ਆਉਣ ਆ ਬਾਬਾ ਜੀ ਇਹ ਪਰਿਵਾਰ ਆ ਜਿਹੜਾ ਖੜਾ ਹੈ ਇਹੀ ਪਰਿਵਾਰ ਸੀ ਜਿਨ੍ਹਾਂ ਨੇ ਬਲੇਮ ਲਾਈ ਸੀ ਵੱਡੇ ਵੱਡੇ ਭਾਈ ਜਿਹੜੇ ਤੁਸੀਂ ਬਾਬੇ ਤੇ ਬਲੇਮ ਲਾਏ ਆ ਵੀ ਇਦਾਂ ਕਰਕੇ ਉਹਨਾਂ ਨੇ ਗਲਤ ਹਰਕਤਾਂ ਕੀਤੀਆਂ ਜਾਂ ਬਲਾਤਕਾਰ ਦੀਆਂ ਗੱਲਾਂ ਤੁਸੀਂ ਕੀਤੀਆਂ ਤੁਹਾਨੂੰ ਕੀ ਪਤਾ ਲੱਗਿਆ ਆਖਰਕਾਰ ਤੁਸੀਂ 2 ਜਾਂ 2.5 ਸਾਲਾਂ ਬਾਅਦੋਂ ਬੋਲੇ ਜਦੋਂ ਪਤਾ ਲੱਗਣਾ ਸੀ ਜੀ ਅਸੀਂ ਤਾਂ ਉਹਦੀ ਗੱਲ ਕਰਨੀ ਸੀ ਨਾ ਅਸੀਂ ਪਹਿਲਾਂ ਜਾਂਦੇ ਸੀਗੇ ਸਾਡੀ ਸ਼ਰਦਾ ਸੀਗੀ ਘਰੇ 'ਚ ਕੋਈ ਬਿਮਾਰੀ ਸੀਗੀ ਅਸੀਂ ਜਾਂਦੇ ਸੀਗੇ ਹੁਣ ਇਹ ਫੁੱਟੀਆਂ ਮੂੰਹ ਕਿ ਮੇਰੇ ਨਾਲ ਦਾ ਹੁੰਦਾ ਰਿਆ ਪਹਿਲਾਂ ਇਹਦੀ ਮੈਂ ਕੁੱਟਮਾਰ ਕੀਤੀ ਚੰਗੀ ਛਧਰੋਲ ਕੀਤੀ ਆ ਕਿ ਤੂੰ ਪਹਿਲਾਂ 2 ਸਾਲ ਉੱਥੇ ਜਾਂਦੀ ਸੀ ਮੈਨੂੰ ਕਹਿੰਦੀ ਸੀ ਬਾਬਾ ਬਹੁਤ ਚੰਗਾ ਬਹੁਤ ਐ ਆਂਗਾ ਯਾ ਆਂਗਾ ਆਪਣੀ ਤਰੱਕੀ ਹੋ ਜਾਊਗੀ ਹੁਣ 2 ਮਹੀਨੇ ਪਹਿਲਾਂ ਮੈਨੂੰ ਦੱਸਦੀ ਹੈ ਕਿ ਆਹ ਗੱਲਾਂ ਹੁੰਦੀਆਂ ਉੱਥੇ ਤਾਂ ਆਹ ਬਾਬਾ ਐ ਬਾਬਾ ਆ ਹੂੰ ਫੇਰ ਵੀ ਮੈਨੂੰ ਤਾਂ ਹੁਣ ਸ਼ਰਮੋ ਸ਼ਰਮੀ ਚੱਕਣਾ ਪਿਆ ਕਦਮ ਮੈਂ ਫਿਰ ਆਪਣੀ ਕਾਰਵਾਈ ਕੀਤੀ ਹੈਗੀ ਸਾਰੀ ਤਾਂ ਹੀ ਉੱਥੇ ਜੇ ਤੁਸੀਂ ਬਾਬੇ ਕੋਲੇ ਜਾਂਦੇ ਸੀ ਅੰਦਰ ਕੱਲੇ ਜਾਂਦੇ ਸੀ ਕੱਲੇ ਜਾਂਦੇ ਸੀ ਕਿੰਨੇ ਟਾਈਮ ਤੋਂ ਜਾ ਰਹੇ ਸੀ ਉੱਥੇ ਤੁਸੀਂ ਬਾਬੇ ਕੋਲੇ ਦੋ ਤਿੰਨ ਸਾਲ ਹੋ ਗਏ ਸੀ ਅੱਛਾ ਕਿਨੇ ਕਿਨੇ ਦੱਸ ਕਿਨੇ ਪਾਈ ਸੀ ਜਾਂ ਉੱਥੇ ਜਾਣ ਦਾ ਕੀ ਰੀਜਨ ਸੀ ਕੀ ਲੈਣ ਗਏ ਸੀ ਤੁਸੀਂ ਉੱਥੇ ਮੇਰੀ ਸਹੇਲੀ ਜਾਂਦੀ ਹੁੰਦੀ ਸੀ ਘਰੇ ਕੰਮ ਕਰਨੀ ਸੀ ਚੱਲਦਾਗਾ ਉਹ ਕਹਿੰਦੀ ਮੈਂ ਬਾਬੇ ਕੋਲੇ ਲੈ ਜਾਨੀ ਆ ਹੂੰ ਉੱਥੇ ਗਏ ਇਹਨਾਂ ਨੂੰ ਅੰਦਰ ਨਹੀਂ ਸ ਜਾਣ ਦਿੰਦੇ ਹੁੰਦੇਗੇ ਨਹੀਂ ਸਹੇਲੀ ਨੇ ਇਹ ਕਿਹਾ ਤੁਹਾਨੂੰ ਵੀ ਜੇ ਬਾਬੇ ਕੋਲੇ ਜਾਵੜੋਂਗੇ ਚਮਤਕਾਰ ਹੋ ਜੂ ਕੰਮ ਚੱਲ ਪੂ ਹਾਂਜੀ ਉਹ ਕਹਿੰਦੀ ਸੀ ਕੰਮ ਚੱਲ ਪੂਗਾ ਬਾਬੇ ਕੋਲੇ ਚਲੇ ਜਾਓ ਤੁਸੀਂ ਹੂੰ ਕੰਮ ਚੱਲ ਵੀ ਪਿਆ ਸੀਗਾ ਹੂੰ ਤੇ ਪਰ ਇਹਨਾਂ ਨੂੰ ਸੀ ਅੰਦਰ ਨਹੀਂ ਸੀ ਜਾਣ ਦਿੰਦੇ ਕਿ ਅੰਦਰ ਲੈ ਜਦੋਂ ਜਦੋਂ ਤੁਸੀਂ ਉੱਥੇ ਬਾਬਾ ਜੀ ਦੇ ਕੋਲੇ ਗਏ ਪਹਿਲੀ ਵਾਰ ਗਏ ਸੇਲੀ ਤੁਹਾਡੀ ਤੁਹਾਡੇ ਨਾਲ ਗਈ ਜਾਂ ਨਹੀਂ ਗਈ ਨਹੀਂ ਉਹਨੂੰ ਵੀ ਬਾਹਰ ਹੀ ਬਿਠਾਤਾ ਸੀ ਦੇਖੋ ਇਹ ਇਕੱਲੇ ਗਏ ਨਹੀਂ ਅੰਦਰ ਜਿਹੜਾ ਪਿਛਲੇ 2 2.5 ਸਾਲਾਂ ਤੋਂ ਜਿਹੜਾ ਉੱਥੇ ਇਹ ਜਾ ਰਹੇ ਸੀਗੇ ਠੀਕ ਆ ਅੱਛਾ ਜਦੋਂ ਤੁਸੀਂ ਉੱਥੇ ਅੰਦਰ ਜਾਂਦੇ ਸੀ ਬੀਬੀਆਂ ਦਾ ਅੰਦਰ ਇਕੱਠ ਹੁੰਦਾ ਸੀ ਕੋਈ ਬੰਦਾ ਕੋਈ ਬੀਬੀ ਕੋਈ ਹੋਰ ਅੰਦਰ ਹੁੰਦਾ ਸੀ ਬਾਬੇ ਕੋਲੇ ਕੋਈ ਚੇਲਾ ਚਪਟਾ ਉਹਦਾ ਉਹ ਇਕੱਲੇ ਇਕੱਲੇ ਨਹੀਂ ਬੁਲਾਉਂਦੇ ਸੀ ਤੇ ਅੰਦਰ ਅੰਦਰ ਕੌਣ ਇਕੱਲਾ ਹੀ ਬਾਬਾ ਹੁੰਦਾ ਸੀ ਚੇਲਿਆਂ ਨੂੰ ਵੀ ਬਾਹਰ ਕੱਢ ਦਿੰਦੇ ਸੀ ਕਹਿੰਦੇ ਸੀ ਅਸੀਂ ਕੋਈ ਗੱਲ ਕਰਨੀ ਹੈ ਹਮ ਨਾਮ ਕਰਦੀ ਕੱਲਿਆਂ ਨੂੰ ਦਿੰਦੇ ਸੀ ਬਈ ਉਹ ਹਮ ਸੱਦ ਲੈਂਦੇ ਸੀ ਕਿ ਗੁਪਤ ਨਾਮ ਦੇਣਾ ਸੀ ਕਿ ਤੁਹਾਡੇ ਤਰੱਕੀ ਆਉਗੇ ਉਹਨੂੰ ਜਪੋ ਜੇ ਹਮ ਐਂ ਗੱਲ کہہ ਕੇ ਕੱਲੇ ਨੂੰ ਅੰਦਰ ਲੈ ਪੀ ਬੀਬੀ ਨੂੰ ਜਾਂ ਕੋਈ ਖਾਣਾ ਲੈ ਕੇ ਜਾਣਾ ਸੇਵਾ ਕਰਨੀ ਆ ਹਮ ਖਾਣਾ ਮਤਲਬ ਲੈ ਕੇ ਵੀ ਬੀਬੀ ਕੱਲੀ ਜਾਂਦੀ ਸੀ ਅੰਦਰ ਪਰ ਤੁਸੀਂ ਇੱਕ ਗੱਲ ਜ਼ਰੂਰ ਸੋਚੋ ਮੈਂ ਕਹਿੰਦਾ ਵੀ ਇਹ ਨਹੀਂ ਪ੍ਰਮਾਤਮਾ ਹੈਲਪ ਕਰਦਾ ਪ੍ਰਮਾਤਮਾ ਮਦਦ ਕਰਦਾ ਉਹਨਾਂ ਦੀ ਕਰਦਾ ਜਿਹੜੇ ਕੁਛ ਆਪ ਕਰਦੇ ਨੇ ਮਿਹਨਤ ਤੁਸੀਂ ਕਰਨੀ ਆ ਕੰਮ ਤੁਸੀਂ ਕਰਨਾ ਜੇ ਹੁਣ ਤੁਸੀਂ ਇਹ ਕਹੋ ਵੀ ਰੋਟੀ ਅਸੀਂ ਪਕਾ ਲਈ ਪਕਾ ਕੇ ਅਸੀਂ ਥਾਲੀ ਦੇ ਵਿੱਚ ਰੱਖ ਲਈਓ ਸਾਡੇ ਮੂੰਹ 'ਚ ਆਪਣੇ ਆਪ ਉੱਡ ਕੇ ਪੈਜੂ ਨਹੀਂ ਪੈਣੀ ਕਿਉਂਕਿ ਢਿੱਡ ਭਰਨ ਦੇ ਵਾਸਤੇ ਪਹਿਲਾਂ ਆਟਾ ਛਾਨਣਾ ਪੈਂਦਾ ਗੁੰਨਣਾ ਪੈਂਦਾ ਕਣਕ ਤੋਂ ਕੰਮ ਸ਼ੁਰੂ ਹੁੰਦਾ ਬੀਜਣੀ ਪੈਂਦੀ ਆ ਫੇਰ ਕਿਤੇ ਜਾ ਕੇ ਰੋਟੀ ਬੰਦੀ ਆ ਫੇਰ ਬੰਦੇ ਨੂੰ ਨਸੀਬ ਹੁੰਦੀ ਆ ਫੇਰ ਕਿਤੇ ਢਿੱਡ ਭਰਦਾ ਠੀਕ ਆ ਤੇ ਤੁਸੀਂ ਆਪਣੀ ਕੋਈ ਕੰਮਕਾਰ ਕਰਦੇ ਸੀਗੇ ਜਿਹੜਾ ਇਹਦੀ ਸਹੇਲੀ ਤੇ ਇਹਨੇ ਤੁਹਾਨੂੰ ਦੱਸਿਆ ਵੀ ਕਿਸੇ ਬਾਬੇ ਬਾਰੇ ਸਹੇਲੀ ਨੇ ਦੱਸਿਆ ਹਾਂਜੀ ਮੈਨੂੰ ਘਰੇ ਆ ਕੇ ਦੱਸਿਆ ਕਿ ਮੈਂ ਨਾ ਢਿੱਲਾ ਮਰਸਾਇਆ ਰਹਿੰਦਾ ਸੀ ਹੂੰ ਤੇ ਇਹ ਮੈਨੂੰ ਆ ਕੇ ਕਹਿੰਦੀ ਕਿ ਮੇਰੀ ਸਹੇਲੀ ਆਇਆ ਕਰਕੇ ਕਿ ਬਾਬਾ ਦੱਸਿਆ ਹੂੰ ਤੇ ਉਹ ਕੰਮ ਚਲਾ ਦੂਗਾ ਮੈਂ ਕਿਹਾ ਚਲੋ ਚੱਲਿਆ ਬਈ ਕੰਮ ਚੱਲਿਆ ਵੀ ਹੁਣ ਪਤਾ ਨਹੀਂ ਕੀ ਉਹਦੀ ਬਾਬੇ ਦੀ ਕੋਈ ਲੀਲਾ ਕਿ ਕੀ ਆ ਅਸੀਂ ਸ਼ਰਦਾ ਨਾਲ ਉੱਥੇ ਜਾਂਦੇ ਸੀ ਸਾਡੀ ਬਹੁਤ ਸ਼ਰਦਾ ਬਣੀ ਹੋਈ ਸੀ ਨਹੀਂ ਢਿੱਲੇ ਮੱਸੇ ਕਿਵੇਂ ਕੋਈ ਬਿਮਾਰੀ ਸੀ ਤੁਹਾਨੂੰ ਜਾਂ ਕੋਈ ਹੋਰ ਰੋਗ ਸੀ ਨਹੀਂ ਵੈਸੇ ਬਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੀਗਾ ਮੇਰਾ ਯਾਰ ਹੂੰ ਮੈਨੂੰ ਉਹਨੇ ਦੱਸਿਆ ਕਹਿੰਦੇ ਕਿ ਤੇਰੇ ਤੇ ਕੋਈ ਕੀਤਾ ਕਰਾਇਆ ਫਿਰ ਉੱਥੇ ਹੀ ਜਾਂਦੇ ਸੀਗੇ ਉਦੋਂ ਮੈਂ ਠੀਕ ਵੀ ਰਿਹਾ ਬਈ ਕੰਮ ਜਿਹੜਾ ਜਿਹੜਾ ਕੀਤਾ ਕਰਾਇਆ ਕਿਸੇ ਦਾ ਨਾਮ ਵੀ ਲਿਆ ਹੋਊ ਬਾਬੇ ਨੇ ਵੀ ਭਾਈ ਫਲਾਨ ਨੇ ਕੀਤਾ ਨਹੀਂ ਨਾਂ ਨਹੀਂ ਦੱਸਿਆ ਬਈ ਨਾਂ ਦੱਸਦੇ ਨਹੀਂ ਨਾਂ ਨਹੀਂ ਦੱਸਦੇ ਉਹ ਕਹਿੰਦੇ ਤੁਹਾਡੀ ਐਵੇਂ ਰੰਜਿਸ਼ ਪੈ ਜੂਗੀ ਇੱਕ ਇਹ ਚੀਜ਼ ਜ਼ਰੂਰ ਹੁੰਦੀ ਆ ਜਿਹੜੇ ਟੂਮਣ ਟਾਣੇ ਜਾਂ ਜੋ ਵੀ ਕੁਝ ਇਹ ਹੁੰਦਾ ਠੀਕ ਆ ਜਾਂ ਲੋਕ ਮੰਨਦੇ ਨੇ ਜਾਂ ਕਿਸੇ ਦੀ ਸ਼ਰਤ ਆ ਵੇਖੋ ਮੈਂ ਇਹ ਤਾਂ ਜ਼ਰੂਰ ਕਹੂੰ ਵੀ ਜੇ ਸਵਾਦ ਚੁੰਡੀ ਨੇ ਵੀ ਕਈ ਰੀ ਰਾਮ ਆ ਜਾਂਦਾ ਭਾਈ ਹੁੰਦਾ ਬੰਦੇ ਦੇ ਮੰਨਤੇ ਆ ਇਹਨੇ ਕੀ ਐਕਸੈਪਟ ਕਰਨਾ ਕੀ ਐਕਸੈਪਟ ਨਹੀਂ ਕਰਨਾ ਠੀਕ ਆ ਹੁਣ ਇਹ ਕਹਿੰਦੇ ਆ ਵੀ ਅਸਲ ਦੇ ਵਿੱਚ ਆਪਾਂ ਆਮ ਹੀ ਬਹਿਣੀ ਆ ਵੀ ਜਿੱਥੇ ਕਿਤੇ ਇਹ ਗੱਲਾਂ ਹੁੰਦੀਆਂ ਬਾਬਿਆਂ ਕੋਲੇ ਜਾਂਦੇ ਉਹ ਸੱਚ ਝੂਠ ਜਾਂ ਜੋ ਵੀ ਹੁੰਦਾ ਕਰਾ ਮਾਤਰਾ ਹੀ ਉਹ ਦੱਸਦੇ ਆ ਤੇ ਉਹ ਨਾਂ ਨਹੀਂ ਲੈਂਦੇ ਦੂਜੀ ਧਿਰ ਦਾ ਵੀ ਤੁਹਾਡੀ ਕਿਤੇ ਲੜਾਈ ਪੈ ਜੂ ਜੇ ਕਿਤੇ ਉਹ ਦੂਜੇ ਜਾ ਵੜਨ ਤੇ ਹੋ ਸਕਦਾ ਉਹ ਇਹਨਾਂ ਦਾ ਨਾਂ ਲੈ ਦੇਣ ਕਿਉਂਕਿ ਇਹ ਨਾਰਮਲ ਆ ਸਾਡੇ ਘਰਾਂ ਦੇ ਵਿੱਚ ਸ਼ਰੀਕੇ ਬਾਜੀ ਇੱਕ ਦੂਜੇ ਨਾਲ ਖੁੰਧਕ ਬਾਜੀ ਤਰੱਕੀ ਨਹੀਂ ਕਰਨੀ ਇਹ ਤਾਂ ਆਮ ਹੋ ਗਿਆ ਨਾ ਇਹ ਤਾਂ ਸਿਸਟਮ ਅੱਜ ਦੇ ਦੌਰ ਦੇ ਵਿੱਚ ਇਹ ਵਿਚਰਨਾ ਸ਼ੁਰੂ ਹੋ ਗਿਆ ਅੱਛਾ ਜਿਵੇਂ ਤੁਹਾਨੂੰ ਬਿਮਾਰੀ ਸੀ ਥੋੜਾ ਮਨ ਨਹੀਂ ਕਰਦਾ ਸੀ ਕਿ ਤੁਹਾਡਾ ਕੰਮ ਵੀ ਚੱਲ ਪਿਆ ਬਾਬੇ ਨੇ ਕੋਈ ਤਵੀਤ ਧਾਗਾ ਕੋਈ ਟੂਮੰਟ ਲਾ ਜਿਹੜਾ ਕੀਤਾ ਤੁਹਾਨੂੰ ਅੰਦਰ ਸੱਦ ਕੇ ਦਿੱਤਾ ਜਾਂ ਬਾਹਰ ਬਾਕੇ ਦਿੱਤਾ ਜਾਂ ਕੀ ਕਰਾ ਮਾਂਤ ਕੀਤੀ ਮੈਨੂੰ ਤਾਂ ਸੱਦੇ ਨਹੀਂ ਮੈਨੂੰ ਤਾਂ ਕਹਿੰਦੇ ਕਿ ਤੁਸੀਂ ਬਾਹਰ ਸੇਵਾ ਕਰੋ ਡੇਰੇ 'ਚ ਹੂੰ ਤੇ ਜਿਹੜਾ ਨਾਮ ਸ਼ਬਦ ਉਹ ਬੀਬੀਆਂ ਨੇ ਦਿੰਦਾ ਸੀ ਕਿ ਬੀਬੀਆਂ ਨੇ ਜਪਣਾ ਕਿਉਂਕਿ ਉਹ ਕਹਿੰਦਾ ਕਿ ਜਿਹੜੀ ਘਰ ਦੀ ਤਰੱਕੀ ਹੁੰਦੀ ਉਹ ਬੀਬੀ ਦੇ ਹੱਥੋਂ ਹੁੰਦੀ ਹੁੰਦੀ ਹੈ ਜ਼ਿਆਦਾ ਅੱਛਾ ਇਹਨਾਂ ਦੀ ਬਿਮਾਰੀ ਆਸਤੇ ਤੁਹਾਨੂੰ ਅੰਦਰ ਸੱਦਿਆ ਜਾਂਦਾ ਸੀ ਹਾਂਜੀ ਫਿਰ ਤੇ ਫਿਰ ਇਹਨਾਂ ਦਾ ਕੰਮ ਚੱਲਿਆ ਜਾਂ ਤੁਹਾਨੂੰ ਉਹਨਾਂ ਨੂੰ ਕੋਈ ਧਾਗਾ ਤਵੀਤ ਟੂਣਾ ਟੱਪਾ ਕੁਝ ਦਿੱਤਾ ਜਿਹੜਾ ਤੁਸੀਂ ਇਹਨਾਂ ਨੂੰ ਬੰਨਿਆ ਜਾਂ ਕੋਈ ਦਵਾਈ ਦਿੱਤੀ ਇਹਨਾਂ ਨੂੰ ਕੀ ਨੂੰ ਕੁਝ ਨਹੀਂ ਮੈਨੂੰ ਉਹ ਕਹਿੰਦੇ ਜੋਤ ਕਰੀ ਜਾਈ ਦੇ ਸੀ ਕਿ ਉਹਦੀਵੇਂ ਉਹ ਕਰਦੀ ਰਹੀ ਸੀ ਕੰਮ ਵੀ ਵਧੀਆ ਚੱਲਦਾ ਸੀ ਹਮ ਹੁਣ ਤੁਸੀਂ ਇਹ ਚੀਜ਼ ਵੇਖੋ ਹੁਣ ਮੈਨੂੰ ਇੱਕ ਗੱਲ ਦੱਸੋ ਵੀ ਭੁੱਖ ਮੈਨੂੰ ਲੱਗੀ ਆ ਰੋਟੀ ਇਹ ਬੰਦਾ ਖਾਲੇ ਮੇਰੀ ਭੁੱਖ ਕਿਵੇਂ ਮਿਟ ਜੂ ਰੋਗੀ ਇਹ ਬੰਦਾ ਆਲਸੀ ਇਹ ਬੰਦਾ ਮਾਣੇ ਇਹਦਾ ਨਹੀਂ ਕਰਦਾ ਸੀ ਜਾਂ ਜੋ ਵੀ ਇਹਦੇ ਹਿਸਾਬ ਕਿਤਾਬ ਸੀ ਇਸ ਵੀਰ ਦਾ ਠੀਕ ਆ ਹੁਣ ਇਹ ਚੀਜ਼ ਆ ਵੀ ਇਹਨੂੰ ਬਾਹਰ ਸੇਵਾ ਕਰਨ ਨੂੰ ਰੱਖਿਆ ਜਾਂਦਾ ਸੀ ਇਹਨੂੰ ਇਹ ਗੱਲ ਕਹੀ ਜਾਂਦੀ ਵੀ ਭਾਈ ਤੂੰ ਜੋਤ ਲਾ ਲਾ ਜੋਤ ਲਾ ਕੇ ਆਪਦਾ ਕੰਮ ਚਲਾ ਲਾ ਠੀਕ ਆ ਉਹਦੇ ਨਾਲ ਦੇਖੋ ਬਿਮਾਰੀ ਇਹਨਾਂ ਨੂੰ ਸੀ ਜਾਂ ਤੁਸੀਂ ਬਾਬਾ ਜੀ ਦੇ ਕੋਲੇ ਅੰਦਰ ਜਾਂਦੇ ਸੀਗੇ ਠੀਕ ਆ ਤੇ ਇਹ ਜਿਹੜੀਆਂ ਹਰਕਤਾਂ ਜਾਂ ਤੁਸੀਂ ਜਿਹੜੇ ਇਲਜ਼ਾਮ ਲਾਏ ਬਾਬਾ ਜੀ ਤੇ ਵੀ ਬਲਾਤਕਾਰ ਉਹਨਾਂ ਨੇ ਕੀਤਾ ਜਾਂ ਸਾਡੇ ਨਾਲ ਆਹ ਹਰਕਤਾਂ ਕੀਤੀਆਂ ਤੁਸੀਂ ਪਹਿਲੇ ਦਿਨ ਗਏ ਕਿ ਪਹਿਲੇ ਦਿਨ ਤੋਂ ਬਾਬਾ ਜੀ ਨੇ ਹਰਕਤਾਂ ਸ਼ੁਰੂ ਕਰਤੀਆਂ ਸੀ ਨਹੀਂ ਨਹੀਂ ਵੀਰੇ ਪਹਿਲੇ ਦਿਨ ਤਾਂ ਘਰ ਦਾ ਸਾਰਾ ਕੁਝ ਦੱਸਿਆ ਵਧੀਆ ਠੀਕ ਚੱਲਿਆ ਕੰਮ ਹੂੰ ਫਿਰ ਜਦੋਂ ਤੀਜੀ ਚੌਥੀ ਵਾਰੀ ਉਹਨਾਂ ਨੇ ਕੁਝ ਮੰਗਿਆ ਖਾਣਾ ਬਣਵਾ ਕੇ ਬਣਵਾਇਆ ਮੇਥੋਂ ਮੈਂ ਲੈ ਕੇ ਗਈ ਉਹਨਾਂ ਨੇ ਮੇਰਾ ਹੱਥ ਫੜ ਲਿਆ ਹੂੰ ਫਿਰ ਹੌਲੀ ਹੌਲੀ ਉਹਨਾਂ ਨੇ ਮੈਨੂੰ ਜਦੋਂ ਤੀਜੀ ਚੌਥੀ ਵਾਰ ਗਈ ਉਹਨਾਂ ਨੇ ਮੈਨੂੰ ਕੋਈ ਧੂਵ ਬੱਤੀ ਕਰਕੇ ਦਿੱਤੀ ਕਹਿੰਦੇ ਆ ਵੀ ਸਾਰੇ ਘਰੇ ਕਰ ਲਈ ਹਮ ਇੱਕ ਤਵੀਦ ਦਿੱਤਾ ਕਹਿੰਦੇ ਇਹ ਧੂਆ ਦੇ ਗੱਲ ਚ ਪਾ ਲਈ ਫਿਰ ਮੇਰਾ ਕਿਤੇ ਵੀ ਮਨ ਨਹੀਂ ਸੀ ਲੱਗਦਾ ਮੈਂ ਉੱਥੇ ਹੀ ਚਲੀ ਜਾਂਦੀ ਹੁੰਦੀ ਸੀ ਕੀ ਕੀ ਤੁਹਾਨੂੰ ਲੱਗਦਾ ਵੀ ਬਾਬੇ ਦੇ ਉਸ ਟੂਨੇ ਟਾਮਣ ਦੇ ਨਾਲ ਤੁਸੀਂ ਉਹਨਾਂ ਦੇ ਵਾਸਚ ਹੋ ਗਏ ਹਾਂਜੀ ਵੀਰੇ ਬਾਬੇ ਨੇ ਵਾਸਚ ਕੀਤਾ ਵੀ ਸੀ ਫਿਰ ਉਸ ਤੋਂ ਬਾਅਦ ਚਲੋ ਥੋੜੇ ਉਹਨਾਂ ਨੇ ਹੱਥ ਫੜਕਣੇ ਜਾਂ ਭਾਉਣਾ ਜਾਂ ਹੋਰ ਕੀ ਗੱਲਬਾਤ ਕਰਦੇ ਸੀ ਉਹ ਵੀ ਮੈਂ ਕੈਮਰੇ ਦੇ ਸਾਹਮਣੇ ਨਹੀਂ ਬੋਲ ਸਕਦੀ। ਬਿਲਕੁਲ ਬਹੁਤ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਕੈਮਰੇ ਦੇ ਸਾਹਮਣੇ ਨਹੀਂ ਬੋਲ ਸਕਦੇ ਕਿਉਂਕਿ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੀ ਜਾਣੀ ਹੁੰਦੀ ਐ। ਅਸੀਂ ਵੀ ਨਹੀਂ ਚਾਹੁੰਦੇ ਵੀ ਕੋਈ ਉਦਾਂ ਦੇ ਅਪਸ਼ਬਦਾਂ ਜਿਹੜੇ ਬੋਲੇ ਜਾਣ। ਅੱਛਾ ਤੁਸੀਂ ਉੱਥੇ ਕਿੰਨਾ ਟਾਈਮ ਬਾਈ ਜੀ ਜਿਹੜਾ ਜਾਂਦੇ ਰਹੇ ਹੋ ਬਾਬਾ ਜੀ ਕੋਲੇ? ਕੁੜ ਕੁੜ ਸਾਲ ਤੋਂ ਅਸੀਂ ਗਏ ਆ ਜੀ। ਸਾਲ ਇਹ 2-3 ਸਾਲ ਕਹਿੰਦੇ ਆ। ਨਹੀਂ ਮੈਂ ਸਾਲ ਕੀ ਗਿਆ ਇਹ ਜਿਆਦਾ ਟਾਈਮ ਮੈਂ ਛੜ ਤਾ ਅਸੀਂ ਜਾਣਾ ਜਦੋਂ ਉਹ ਕੰਮ ਮੇਰਾ ਚੱਲ ਪਿਆ ਸੀ ਮੈਂ ਕੰਮ ਨਹੀਂ ਫਿਰ ਇਹ ਇਕੱਲੀ ਜਾਂਦੀ ਰਹੀ ਸੀ ਉਧਰ ਅੱਛਾ ਤੁਸੀਂ ਜਿਵੇਂ ਤੁਸੀਂ ਬਾਹਰ ਬੈਠ ਜਾਂਦੇ ਸੀ ਜਦੋਂ ਵੀ ਜਾਂਦੇ ਤੁਸੀਂ ਬਾਹਰ ਜਾਂ ਲੰਗਰ ਤੇ ਬਾਬੇ ਦੇ ਮੱਥੇ ਕੱਦੇ ਨਹੀਂ ਲੱਗੇ ਬਾਬੇ ਨੂੰ ਤਾਂ ਜੀ ਅਸੀਂ ਐ ਜਦੋਂ ਕਿਤੇ ਬਾਹਰ ਜੰਗਲ ਪਾਣੀ ਆਉਂਦਾ ਸੀ ਉਹਦੀ ਦੇਖਦੇ ਸੀ ਨਹੀਂ ਸੇਵਾਦਾਰ ਕਹਿ ਦਿੰਦੇ ਸੀਗੇ ਕਿ ਔਥੋਰ ਖੱਬਲ ਖੋਤ ਲੋ ਆ ਕਰ ਲੋ ਐ ਕੰਮ ਕਰਾਈ ਜਾਂਦੇ ਦੇਖੋ ਬਾਬਾ ਕਦੇ ਮੱਥੇ ਵੀ ਨਹੀਂ ਲੱਗਿਆ ਤੁਸੀਂ ਇਹ ਗੱਲ ਵੀ ਤਾਂ ਸੋਚੋ ਨਹੀਂ ਤੁਸੀਂ ਕਦੇ ਵੀ ਇਹ ਗੈਸ ਨਹੀਂ ਕੀਤਾ ਵੀ ਇਹਨਾਂ ਨੂੰ ਕੱਲੀ ਬੀਬੀ ਨੂੰ ਅੰਦਰ ਸਾਦਾ ਬਾਬਾ ਕੋਈ ਗੱਲ ਬਾਤ ਉਹ ਕਦੇ ਮਾਈਂਡ 'ਚ ਇਹ ਗੱਲ ਨਹੀਂ ਆਈ ਇਹ ਕਿਹੜਾ ਕੱਲੀ ਜਾਂਦੀ ਸੀ ਜੀ ਹੋਰ ਬੀਬੀਆਂ ਵੀ ਸੀ ਬਸ ਅੰਦਰ ਬੀਬੀਆਂ ਦੀ ਉਹ ਕਹਿੰਦੇ ਕਿ ਬਾਬੇ ਨੇ ਪ੍ਰਣ ਕੀਤਾ ਕਿ ਬੰਦਿਆਂ ਨੂੰ ਮੱਥੇ ਨਹੀਂ ਲਾਉਣਾ ਸੇਵਾ ਬੀਬੀਆਂ ਹੀ ਕਰਨੀ ਨਹੀਂ ਅੱਛਾ ਜਦੋਂ ਤੁਸੀਂ ਉੱਥੇ ਅੰਦਰ ਜਾਂਦੇ ਸੀਗੇ ਜਾਨੀ ਉੱਥੇ ਏ ਹੋਰ ਬੀਬੀਆਂ ਹੁੰਦੀਆਂ ਸੀ ਬਾਬੇ ਦਾ ਗਾਂ ਅੱਗੇ ਕੋਈ ਆਰਡਰ ਰੂਮ ਹੁੰਦਾ ਸੀ ਜਿੱਥੇ ਤੁਸੀਂ ਕੱਲੇ ਜਾਂਦੇ ਸੀ ਹਾਂਜੀ ਵੀਰੇ ਇਹ ਕੱਲੀਆਂ ਕੱਲੀਆਂ ਬੀਬੀਆਂ ਨੂੰ ਸਾਦੇ ਹੁੰਦੇ ਸੀ ਕਿ ਕਿਸੇ ਨੂੰ ਕਹਿੰਦੇ ਸੀ ਮੇਰੀਆਂ ਲੱਤਾਂ ਘੁੱਟੋ ਬਾਰੀ-ਬਾਰੀ ਸਾਦੇ ਸੀ ਕੱਲੀ-ਕੱਲੀ ਜਣੀ ਨੂੰ ਹੂੰ ਫਿਰ ਉਹਵੇਂ-ਉਵੇਂ ਸਾਰਿਆਂ ਤੋਂ ਸੇਵਾ ਕਰ ਕੀ ਦੱਸਾਂ ਵੀਰੇ ਕੈਮਰੇ ਦੇ ਸਾਹਮਣੇ ਬਹੁਤ ਅੱਛਾ ਜਦੋਂ ਤੁਹਾਨੂੰ ਉਹਨਾਂ ਨੇ ਵਾਸਜ ਕੀਤਾ ਜਾਂ ਜਿਵੇਂ ਤੁਸੀਂ ਕਹਿੰਦੇ ਸਾਨੂੰ ਕੋਈ ਉਹਨਾਂ ਨੇ ਟੂਮਣ ਟਾਣਾ ਕਰਕੇ ਦਿੱਤਾ ਠੀਕ ਆ ਜਿਹੜੀ ਰੋਟੀ ਪਾਣੀ ਤੁਸੀਂ ਬਣਾ ਕੇ ਲੈ ਜਾਂਦੇ ਸੀ ਘਰੋਂ ਲੈ ਕੇ ਜਾਂਦੇ ਸੀ ਬਾਬਾ ਜੀ ਦੇ ਨਹੀਂ ਅਸੀਂ ਆਪਣੇ ਘਰੋਂ ਬਣਾਉਂਦੇ ਹੁੰਦੇ ਸੀਗੇ ਉਹ ਕਹਿੰਦੇ ਸੀਗੇ ਵੀ ਕੁਝ ਮੰਤਰ ਪੜ੍ਹਦੇ ਸੀ ਕਹਿੰਦੇ ਸੀ ਆ ਤੁਸੀਂ ਖਾ ਲਓ ਮਤਲਬ ਕਿ ਜੇ ਮੈਂ ਉੱਥੇ ਬੈਠੀ ਆ ਕਹਿੰਦੇ ਸੀ ਇੰਨਾ ਤੂੰ ਖਾ ਲੈ ਇੰਨਾ ਮੈਂ ਖਾ ਲੈਣਾ ਤੁਸੀਂ ਹੁਣ ਚੀਜ਼ ਦੇਖੋ ਇਹ ਸਾਰੀਆਂ ਚੀਜ਼ਾਂ ਇਹ ਇਹ ਗੱਲਾਂ ਬਾਤਾਂ ਹੁੰਦੀਆਂ ਵੇਖੋ ਮੈਂ ਇੱਕ ਗੱਲ ਤਾਂ ਜ਼ਰੂਰ ਪੁੱਛੂੰ ਛੋਟੀਆਂ-ਛੋਟੀਆਂ ਹਰਕਤਾਂ ਜਿਹੜੀਆਂ ਬਾਬਾ ਜੀ ਨੇ ਕਰਨੀਆਂ ਸ਼ੁਰੂ ਕੀਤੀਆਂ ਠੀਕ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਾ ਕੇ ਸਬੰਧ ਮੰਨਦੇ ਕਿ ਤੁਹਾਨੂੰ ਉਦੋਂ ਨਹੀਂ ਲੱਗਿਆ ਵੀ ਤੁਸੀਂ ਆਪਦੇ ਘਰ ਵਾਲੇ ਨੂੰ ਇਹ ਗੱਲ ਕਲੀਅਰ ਕਰੋ ਆਦੇ ਪਰਿਵਾਰ ਨੂੰ ਇਹ ਗੱਲ ਦੱਸੋ ਵੀ ਮੇਰੇ ਨਾਲ ਗਲਤ ਹੋ ਰਿਹਾ ਵੀਰੇ ਮੈਂ ਦੱਸ ਹੀ ਨਹੀਂ ਸਕੀ ਕਿ ਬਾਬੇ ਨੇ ਬਸ ਚ ਕਰਿਆ ਹੋਈ ਸੀ ਤੇ ਹੁਣ ਬਸ ਚੋਂ ਬਾਬੇ ਨੇ ਬਾਹਰ ਕੱਢਤਾ ਤੈਨੂੰ ਹੁਣ ਬਾਬਾ ਕਿਸੇ ਹੋਰ ਨੂੰ ਬਸ ਚ ਲੈ ਆਇਆ ਆ ਹੋਰ ਕਿਸੇ ਨਾਲ ਗੱਲ ਹੋ ਗਈ ਬਾਬੇ ਦੀ ਫਿਰ ਤੂੰ ਇਹ ਹੁਣ ਤੂੰ ਬਸਜੋਂ ਬਾਹਰ ਆ ਗਈ ਹੁਣ ਤੂੰ ਫਿਰ ਹੋਣਾ ਕਿ ਇਹਨਾਂ ਨੂੰ ਦੱਸਿਆ ਹੁਣ ਮੈਂ ਬਸਜੋਂ ਬਾਹਰ ਆ ਗਈ ਹੁਣ ਮੈਂ ਇਹਨਾਂ ਨੂੰ ਦੱਸਦਾ ਤੁਸੀਂ ਤੁਸੀਂ ਇਹ ਚੀਜ਼ ਨੂੰ ਦੇਖੋ ਗੌਰ ਦੇ ਨਾਲ ਸਮਝੋ ਬਾਈ ਜੀ ਤੁਸੀਂ ਇਹਨਾਂ ਨੇ ਹੁਣ ਇਹ ਕਹਿੰਦੇ ਕਿ ਮੈਂ ਤਾਂ ਬਾਬੇ ਨੇ ਬਸਜ ਚ ਕਰ ਲਿਆ ਸੀ ਮੈਂ ਤਾਂ 2 2.5 ਸਾਲਾਂ ਤੋਂ ਇਹ ਚੀਜ਼ ਦੱਸੀ ਨਹੀਂ ਕਿ ਤੁਹਾਨੂੰ ਬਿਲਕੁਲ ਵੀ ਇਹ ਚੀਜ਼ਾਂ ਦਾ ਨਹੀਂ ਪਤਾ ਲੱਗਿਆ ਜਾਂ ਆਪਾਂ ਆਮ ਹੀ ਖ਼ਬਰਾਂ ਸੁਣਦੇ ਆਂ ਆਮ ਹੀ ਇਹ ਚੀਜ਼ਾਂ ਚੱਲ ਰਹੀਆਂ ਯਾਰ ਨਹੀਂ ਮੈਨੂੰ ਨਹੀਂ ਕੋਈ ਇਹ ਗੱਲ ਮੇਰੇ ਦਿਮਾਗ 'ਚ ਨਹੀਂ ਸੀ ਕਿ ਮੈਨੂੰ ਆਈ ਸੀ ਕਿ ਮਹਾਪੁਰਸ਼ ਹੈਗਾ ਕਿ ਚਲੋ ਸੇਵਾ ਕਰਦੇ ਆਂ ਅਸੀਂ ਤੜਾ ਕੰਮ ਵੀ ਵਧੀਆ ਚੱਲ ਪਿਆ ਸੀ ਬਾਈ ਹੂੰ ਪਰ ਆ ਗੱਲਾਂ ਨਹੀਂ ਪਤਾ ਸੀ ਕਿ ਅੰਦਰ ਕੀ ਵਾਪਰਦਾਗਾ ਸ਼ਰਦਾ ਹੋ ਜਾਂਦੀ ਹੈ ਨਾ ਜਿੱਥੇ ਬਈ ਉੱਥੇ ਫਿਰ ਅੰਧਵਿਸ਼ਵਾਸ ਵੀ ਬੜਾ ਬਣ ਜਾਂਦਾ ਅੰਨੇ ਭਗਤ ਦਾ ਅਸਲ ਦੇ ਵਿੱਚ ਮਾਰਦੇ ਅੰਨਾ ਭਗਤ ਚਾ ਲੀਡਰਾਂ ਦਾ ਬਣ ਜੇ ਚ ਇਹਨਾਂ ਬਾਬਿਆਂ ਦਾ ਬਣ ਜੇ ਬੰਦਾ ਨੁਕਸਾਨ ਹੀ ਖਾਂਦਾ ਜਿੱਥੇ ਬੰਦਾ ਅੰਨਾ ਭਗਤ ਬਣ ਜੇ ਇਹਦੇ ਵਿੱਚ ਕੋਈ ਦੋ ਰਹਿਣੀ ਅੱਛਾ ਤੁਸੀਂ ਫਿਰ ਤੁਹਾਡਾ ਇਹ ਮਨ ਕਿਵੇਂ ਕੀਤਾ ਵੀ ਮੈਂ ਹੁਣ ਬਾਬੇ ਤੇ ਰਿਪੋਰਟ ਲਿਖਾਵਾਂ ਵੀ ਉਹਨੇ ਮੇਰੇ ਨਾਲ ਸਬੰਧ ਬਣਾਏ ਜਾਂ ਮੇਰੇ ਨਾਲ ਗਲਤ ਕੀਤਾ ਠੀਕ ਆ 2 ਸਾਲ ਤੱਕ ਤੁਸੀਂ 2.5 ਸਾਲ ਤੱਕ ਬੋਲੇ ਨਹੀਂ ਵੀ ਬਾਬਾ ਹਰਕਤਾਂ ਕਰਦਾ ਰਿਹਾ ਹੋਣੀ ਕਿਉਂ ਇਹ ਕੰਮ ਚੱਕਿਆ ਵੀ ਬਾਬਾ ਆ ਕੰਮ ਕਰਦਾ ਸੀ ਵੀਰੇ ਬਾਬਾ ਸੇ ਹੋਰ ਨਾਲ ਗੱਲ ਕਰਨ ਲੱਗ ਗਿਆ ਸੀ ਜਾਂ ਫਿਰ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਮੈਂ ਆਪਣੇ ਘਰਦਿਆਂ ਨੂੰ ਦੱਸਦੀਆਂ ਰਿਪੋਰਟਰਾਂ ਨੂੰ ਸਾਦੀਆਂ ਪੁਲਿਸ ਰਿਪੋਰਟ ਵੀ ਕੀਤੀ ਪੁਲਿਸ ਵਾਲੇ ਕੁਛ ਨਹੀਂ ਕਰਦੇ ਪਏਗੇ ਹੁਣ ਪੁਲਿਸ ਵਾਲੇ ਕੁਛ ਨਹੀਂ ਕਰਦੇ ਪਹਿਲਾਂ ਤੈਨੂੰ ਬਾਬੇ ਨੇ ਬਸ ਵਿੱਚ ਕਰ ਲਿਆ ਹੁਣ ਤੇਰਾ ਕੀ ਕਹਿਣਾ ਵੀ ਪੁਲਿਸ ਵੀ ਬਸ ਵਿੱਚ ਕਰ ਲਈ ਬਾਬੇ ਦੀ ਬਦ ਵੀਰੇ ਬਸ ਵਿੱਚ ਕਰ ਲਈ ਹੋਵੇ ਤੁਸੀਂ ਇਹ ਚੀਜ਼ ਦੇਖੋ ਵੀ 2 2.5 ਸਾਲ ਤੱਕ ਨਹੀਂ ਦੱਸਿਆ ਪਰ ਇਹ ਗੱਲ ਆ ਵੀ ਬਾਬੇ ਦੀ ਕਿਤੇ ਹੋਰ ਗੱਲਬਾਤ ਹੋਣੇ ਕਰਕੇ ਅੱਛਾ ਇਕੱਠ ਕਿੰਨਾ ਕੁ ਹੁੰਦਾ ਸੀ ਬੀਬੀਆਂ ਕਿੰਨੀਆਂ ਹੁੰਦੀਆਂ ਸੀ ਅੰਦਰ ਗਿਣਤੀ ਵੀ ਗੈਂਤੀ ਦੇ ਵੀ ਕੱਲੀ ਕੱਲੀ ਨੂੰ ਸਾਦੇ ਸੀਗੇ ਨਹੀਂ ਉਦਾਂ ਉਦਾਂ ਜਿਵੇਂ ਅੰਦਰ ਜਾ ਕੇ ਬੈਠਨੇ ਬਾਬੇ ਦਾ ਅੱਗੇ ਸੈਪਰੇਟ ਰੂਮ ਤਾਂ ਅੱਗੇ ਹੋਗਾ ਜਿਵੇਂ ਬਰਾਂਡੇ 'ਚ ਕਹਿਦਗੇ ਕਿੰਨੀਆਂ ਕ ਇਕੱਠ ਹੁੰਦਾ ਸੀ ਵੀਰੇ ਅੱਗੇ ਰੂਮ ਸੰਗ ਤੇ ਪਿੱਛੇ ਬੈਠਦੀ ਸੀਗੀ ਬਾਬੇ ਦਾ ਰੂਮ ਇੱਕ ਹੋਰ ਸੀ ਆ ਬਾਬਾ ਉਸ ਰੂਮ 'ਚ ਲੈ ਕੇ ਜਾਂਦਾ ਹੁੰਦਾ ਸੀ ਕੱਲੀ ਕੱਲੀ ਨੂੰ ਕੈਸੇ ਨੂੰ ਕਹਿੰਦਾ ਸੀ ਮੇਰੀਆਂ ਲੱਤਾਂ ਵੀ ਘੁੱਟੋ ਤੁਸੀਂ ਮਤਲਬ ਕਿ ਹਰਕਤਾਂ ਕਰਦਾ ਸੀਗਾ ਅਲੱਗ ਰੂਮ 'ਚ ਜਾ ਕੇ ਤੁਸੀਂ ਇਹ ਚੀਜ਼ ਦੇਖੋ ਹੁਣ ਨੋਟ ਕਰੋ ਵੀ ਕਿੰਨੇ ਜਾਣੇ ਕਿਉਂਕਿ ਚਲੋ ਕਿਸੇ ਨੇ ਤਾਂ ਬੋਲਤਾ ਕਈ ਕੁੜੀਆਂ ਨਹੀਂ ਬੋਲਦੀਆਂ ਕਈ ਕੁੜੀਆਂ ਭਾਈ ਸਾਹਮਣੇ ਆ ਜਾਂਦੀਆਂ ਪਰ ਸਾਨੂੰ ਇਹ ਗੱਲ ਸੋਚਣੀ ਤੇ ਸਮਝਣੀ ਪਊਗੀ ਠੀਕ ਆ ਇਹਦਾ ਮਨ ਨਹੀਂ ਕਰਦਾ ਸੀ ਬੰਦੇ ਦਾ ਕਿ ਮੇਰਾ ਕੰਮ ਕਰਨ ਨੂੰ ਬਾਬੇ ਨੇ ਕਹਿ ਤਾਂ ਮੇਰਾ ਮਨ ਕਰਿਆ ਆ ਕੰਮ ਕਰਨ ਨੂੰ ਠੀਕ ਆ ਅੱਜ ਇਹ ਸਥਿਤੀ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੀ ਇਹ ਬਹੁਤ ਵੱਡੀ ਗਲਤੀ ਆ ਤੁਸੀਂ ਆਪਦੇ ਹੱਥੀਂ ਇਹਨਾਂ ਨੂੰ ਉੱਥੇ ਛੱਡ ਕੇ ਆਉਂਦੇ ਰਹੇ ਬਾਬੇ ਕੋਲੋਂ ਬਾਬੇ ਨੇ ਇਹਨਾਂ ਨਾਲ ਸਬੰਧ ਬਣਾਏ ਗਲਤ ਕੰਮ ਕੀਤਾ ਅੱਜ ਤੁਸੀਂ ਉਸ ਬਾਬੇ ਤੇ ਇਲਜ਼ਾਮ ਲਾਇਆ ਅੱਖਾਂ ਤੇ ਪਰਦਾ ਪਿਆ ਸੀ ਦਿਮਾਗ ਤੇ ਪਰਦਾ ਪਿਆ ਸੀ ਠੀਕਰਾ ਮੁੱਦਾ ਵਜਿਆ ਸੀ ਹੂੰ ਹਾਂ ਠੀਕਰਾ ਸਿੱਧਾ ਹੋ ਗਿਆ ਹੁਣ ਤਾਂ ਜਦੋਂ ਸਾਰੀ ਗੱਲ ਸਾਹਮਣੇ ਆ ਗਈ ਵੀ ਘਰੋਂ ਨਿਕਲਣ ਦੀ ਕਰਦਾ ਵੀ ਸਾਡੇ ਘਰ ਤੇ ਹੀ ਇਹੋ ਜਿਹਾ ਸਾਰੇ ਪਰਿਵਾਰ ਤੇ ਕੀਤਾ ਸੀਗਾ ਵੀ ਅੱਖਾਂ ਤੇ ਪੱਟੀਆਂ ਬੰਨੀਆਂ ਸੀਗੀਆਂ ਕੁਛ ਮਰਜੀ ਹੋਈ ਜਾਵੇ ਨਹੀਂ ਤੁਸੀਂ ਯਾਰ ਤੂੰ ਇੱਕ ਵਾਰੀ ਵੀ ਇਹ ਗੱਲ ਨਹੀਂ ਪੁੱਛੀ ਵੀ ਭਾਈ ਸਾਲ ਤਾਂ ਤੂੰ ਜਾਂਦਾ ਰਹਿਆ ਹਾਂ ਵੀ ਇਹਨੂੰ ਹੀ ਅੰਦਰ ਸਾਦਾ ਇਹਨੂੰ ਹੀ ਅੰਦਰ ਸਾਦਾ ਮੈਨੂੰ ਕਿਉਂ ਨਹੀਂ ਹੋਰ ਬੰਦੇ ਆਉਂਦੇ ਸੀ ਉੱਥੇ ਹੋਰ ਵੀ ਹੁੰਦੇ ਸੀ ਵੀ ਸੇਵਾਦਾਰ ਇਕੱਠੇ ਨਾਲ ਉਹ ਵੀ ਬੋਲਦਾ ਸੀ ਨਹੀਂ ਕੋਈ ਨਹੀਂ ਬੋਲਦਾ ਸੀਗਾ ਕਹਿੰਦੇ ਸੀ ਕਿ ਬਾਬਾ ਬਹੁਤ ਕਰਨੀ ਵਾਲਾ ਹੈਗਾ ਤੁਸੀਂ ਵੇਖੋ ਯਾਰ ਕਿਹੜੇ ਤਰੀਕੇ ਨਾਲ ਇਹ ਜਾਲ ਪਾਇਆ ਜਾਂਦਾ ਠੀਕ ਆ ਇਹ ਮਰਦ ਸਮਾਜ ਬੋਲਦਾ ਹੀ ਕੁਝ ਨਹੀਂ ਯਾਰ ਇਹ ਜਾਂਦਾ ਹੀ ਕੁਝ ਨਹੀਂ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਤੁਸੀਂ ਉੱਥੇ ਜਾਂਦੇ ਸੀਗੇ ਜਾਂ ਜਿੰਨੇ ਵੀ ਉੱਥੇ ਬੰਦੇ ਆਉਂਦੇ ਸੀ ਉਹ ਸਾਰਿਆਂ ਦੀਆਂ ਘਰਾਂ ਵਾਲੀਆਂ ਜਾਂ ਸਾਰਿਆਂ ਦੇ ਪਰਿਵਾਰ ਦੇ ਵਿੱਚੋਂ ਬੀਬੀਆਂ ਜਿਹੜੀਆਂ ਸਾਰਿਆਂ ਦੇ ਆਉਂਦੀਆਂ ਸੀ ਹਾਂਜੀ ਸਾਰਿਆਂ ਦੇ ਆਉਂਦੇ ਸੀ ਉਹ ਬਾਬਾ ਸਾਦਾ ਹੀ ਉਹਨੂੰ ਸੀ ਜਿਹੜਾ ਪਰਿਵਾਰ ਤੇ ਜੋੜੇ ਚਾਹੁੰਦਾ ਸੀਗਾ ਉੱਥੇ ਬਈ ਕੱਲੀਆਂ ਕੁੜੀਆਂ ਵੀ ਆਉਂਦੀਆਂ ਸੀ ਜਿਹੜੀਆਂ ਪੜ੍ਹਦੀਆਂ ਕਾਲਜਾਂ ਚ ਹਾਂ ਉਹ ਵੀ ਉੱਥੇ ਰਹਿ ਕੇ ਜਾਂਦੀਆਂ ਸੀ ਸੇਵਾ ਕਰਦੀਆਂ ਸੀ ਹੁਣ ਸਾਨੂੰ ਕੀ ਪਤਾ ਵੀ ਸੇਵਾ ਕਿਵੇਂ ਕਰਾਉਂਦਾ ਬਾਬਾ ਅਜੇ ਤਾਂ ਬਾਹਰ ਆਉਂਦੀ ਚਲੋ ਕਰੀ ਜਾਂਦੇ ਸੀਗੇ ਕੰਮ ਤੰਦਾ ਜੋ ਕਰਨਾ ਸੀ ਅੱਛਾ ਤੁਸੀਂ ਜੀ ਵੀਰੇ ਬੰਦਿਆਂ ਨੂੰ ਤਾਂ ਕਹਿੰਦੇ ਸੀਗੇ ਵੀ ਤੁਸੀਂ ਲੰਗਰ ਦੀ ਜਾ ਕੇ ਸੇਵਾ ਕਰੋ ਕੱਲੀਆਂ ਬੀਬੀਆਂ ਬੈਠਣਗੀਆਂ ਇੱਥੇ ਬੀਬੀਆਂ ਨੂੰ ਕੱਲੀ-ਕੱਲੀ ਨੂੰ ਸਾਦੇ ਸੀ ਉਹਨਾਂ ਦੇ ਅਲੱਗ ਰੂਮ ਚ ਲੈ ਜਾਂਦਾ ਸੀਗਾ ਅੱਜ ਫਿਰ 10-15 ਮਿੰਟ ਬਾਅਦ ਕਹਿੰਦੇ ਸੀ ਚਲੇ ਜਾਓ ਤੁਸੀਂ ਤੁਸੀਂ ਵੇਖੋ ਪੂਰੀ ਪਲੈਨਿੰਗ ਦੇ ਤਹਿਤ ਇਹ ਕੰਮ ਕਹਿੰਦੇ ਅੱਛਾ ਤੁਹਾਨੂੰ ਇੱਕ ਵਾਰੀ ਵੀ ਇਹ ਚੀਜ਼ ਦਾ ਨਹੀਂ ਲੱਗਿਆ ਵੀ ਆਖਰਕਾਰ 2 ਸਾਲਾਂ ਤੋਂ ਇਹ ਚੀਜ਼ਾਂ ਹੋ ਰਹੀਆਂ ਨੇ ਠੀਕ ਆ ਹੁਣ ਤਾਂ ਤੁਸੀਂ ਇਹ ਗੱਲ ਕਹਿਤੀ ਆ ਕਿ ਮੈਨੂੰ ਬੱਸ ਜ ਕਰ ਲਿਆ ਕਿ ਕਦੇ ਵੀ ਤੁਸੀਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਬਸ ਇਹੀ ਗੱਲ ਰਹੀ ਵੀ ਹੁਣ ਬਾਬੇ ਦੀ ਕਿਸੇ ਨਾਲ ਗੱਲ ਹੋਰ ਹੋਗੀ ਤਾਂ ਗੁੱਸਾ ਆ ਗਿਆ ਹਾਂ ਵੀਰੇ ਹੁਣ ਗੁੱਸਾ ਤਾਂ ਆਉਣਾ ਹੀ ਆ ਫਿਰ ਫਿਰ ਇਹ ਬੱਸ ਜ ਨਾ ਨਾ ਕਹੋ ਵੀ ਬਾਬੇ ਨੇ ਤੁਹਾਨੂੰ ਬੱਸ ਜ ਕਰ ਲਿਆ ਤੁਹਾਨੂੰ ਤਾਂ ਜਹਿਲ ਸੀ ਹੋਗੀ ਵੀ ਬਾਬੇ ਦੀ ਹੋਰ ਕਿਸੇ ਕੁੜੀ-ਬੁੜੀ ਨਾਲ ਗੱਲ ਹੋਗੀ ਤਾਂ ਕਰਕੇ ਤੁਸੀਂ ਬਾਬੇ ਤੇ ਬਿਲਾਦ ਕਰਦਾ ਪਰਚਾ ਪਵਾਤ ਨਹੀਂ ਬਰੇ ਵਾਸਾ ਚੀ ਕਰਿਆ ਵੀ ਸੀਗਾ ਨੇ ਸਾਡੇ ਸਾਰੇ ਪਰਿਵਾਰ ਨੂੰ ਹੀ ਕਰਿਆ ਸੀਗਾ ਇਹ ਨਹੀਂ ਸੀ ਕੁਛ ਕਹਿੰਦੇ ਮੈਨੂੰ ਘਰ ਦੇ ਕੁਛ ਨਹੀਂ ਸੀ ਕਹਿੰਦੇ ਕਿ ਵੀ ਤੂੰ ਬਾਬੇ ਕੋਲੇ ਕਿਉਂ ਜਾਣੀ ਹੈ ਇਹ ਤਾਂ ਆਪ ਕਹਿੰਦੇ ਸੀ ਚਲੀ ਜਾ ਉੱਥੇ ਕਹਿ ਦਿੰਦੇ ਤੁਸੀਂ ਕਹਿ ਦਿੰਦਾ ਸੀ ਬਈ ਸਾਨੂੰ ਪਤਾ ਹੀ ਨਹੀਂ ਸੀ ਨਾ ਕਿ ਆਹ ਕੋਈ ਵਾਪਰੀ ਜਾਂਦਾ ਉੱਥੇ ਹਮ ਤੇ ਸ਼ਰਦਾ ਬਣੀ ਵੀ ਸੀਗੀ ਮੈਂ ਵੀ ਹਫਤੇ 'ਚ ਦੋ ਵਾਰੀ ਉੱਥੇ ਜਾਂਦੇ ਜਾਂਦਾ ਸੀਗਾ ਹਮ ਤੇ ਬਸ ਆ ਗੱਲਾਂ ਨਹੀਂ ਨਾ ਪਤਾ ਸੀਗਾ ਕਿ ਐ ਸਾਨੂੰ ਤਾਂ ਲੱਗਦਾ ਜੀ ਕੋਈ ਮਹਾਪੁਰਸ਼ ਆ ਜਿਹੜਾ ਤਪੱਸਿਆ 'ਚ ਹੀ ਲੀਨ ਰਹਿੰਦਾ ਆਣੀ ਬੰਦੇ ਸੀ ਕੰਮ ਆਵਾਸ ਨਦੀ ਤਪੱਸਿਆ ਕਰੀ ਜਾਂਦਾ ਅੰਦਰ ਬੈਠਾ ਉਹ ਨਹੀਂ ਤੁਹਾਨੂੰ ਤੁਹਾਨੂੰ ਬਾਬਾ ਜੀ ਫੋਨ ਵੀ ਕਰ ਲੈਂਦੇ ਸੀ ਮੈਂ ਸੁਣਿਆ ਫੋਨ ਤੇ ਵੀ ਗੱਲਬਾਤ ਹੁੰਦੀ ਹੈ ਹਾਂਜੀ ਫੋਨ ਵੀ ਆ ਜਾਂਦਾ ਸੀ ਜਿੱਦੇ ਫੋਨ ਆ ਜਾਂਦਾ ਸੀ ਉਦੋਂ ਜਾਣਾ ਹੀ ਪੈਂਦਾ ਸੀ ਹਾਂਜੀ ਉਦੋਂ ਜਾਣਾ ਹੀ ਪੈਂਦਾ ਸੀ ਨਹੀਂ ਕਹਿੰਦੇ ਸੀ ਤੁਹਾਡਾ ਘਰ ਤਬਾਹ ਕਰ ਦਾਂਗੇ ਸੀ ਕਈ ਵਾਰੀ ਬਾਬੇ ਦਾ ਦਿਨ ਛਿਪੇ ਰਾਤ ਨੂੰ ਦੁਪਹਿਰੇ ਜਾਂ ਜਦੋਂ ਵੀ ਫੋਨ ਆਉਂਦਾ ਛੱਡ ਕੇ ਆਉਂਦੇ ਸੀ ਮੋਟਰਸਾਈਕਲ ਤੇ ਜਾਂਦਾ ਸੀ ਵੀ ਛੱਡ ਨੂੰ ਆਹ ਦਾ ਕੰਮ ਛੱਡਦੇ ਜਾਂਦਾ ਸੀਗਾ ਕਿ ਮੈਨੂੰ ਐ ਸੀਗਾ ਕਿ ਘਰੇ ਨੁਕਸਾਨ ਨਾ ਹੋ ਜੇ ਹੂੰ ਐ ਨਾ ਹੋ ਜੇ ਡਰਦਾ ਬਈ ਡਰਦਾ ਹੀ ਫਾਇਦਾ ਚੱਕਦੇ ਆ ਮੈਂ ਤੇ ਜੇ ਮੰਨ ਲਓ ਤੁਸੀਂ ਜਿਵੇਂ ਨਹੀਂ ਗਏ ਸਾਲ ਗਏ ਤੁਸੀਂ ਉਦੋਂ ਮੁੜ ਕੇ ਢਾਈ ਸਾਲ ਤੱਕ ਇਹ ਜਾਂਦੀ ਰਹੀ ਫੇ ਡੇਢ ਸਾਲੇ ਬੱਸਾਂ ਤੇ ਕੱਲੀ ਜਾਂਦੀ ਰਹੀ ਜਾਂ ਬਾਬਾ ਗੱਡੀ ਕੋਈ ਕਿਸੇ ਨੂੰ ਭੇਜ ਦਿੰਦਾ ਸੀ ਨਹੀਂ ਬੱਸਾਂ ਤੇ ਵੀ ਜਾਵੜਦੇ ਸੀਗੇ ਤੇ ਕਦੇ-ਕਦੇ ਬਈ ਲੈਣ ਵੀ ਆ ਜਾਂਦੇ ਸੀਗੇ ਗੱਡੀ ਤੇ ਉਹ ਹੂੰ ਕਿਉਂਕਿ ਉਹ ਕਹਿੰਦੇ ਕਿ ਅਸੀਂ ਸੇਵਾਦਾਰ ਭੇਜ ਦਿੰਨੇ ਆ ਤੇ ਸੇਵਾਦਾਰ ਲੈ ਜਾਂਦੇ ਸੀ ਇੱਥੇ ਜਿਵੇਂ ਦੇਣੇ ਜਾਣਾ ਉਦੋਂ ਵਾਸਤੇ ਜਿਹਨੇ ਰਸਵੇਰਾ ਹੁੰਦਾ ਕੋਈ ਦੇਣ ਦਾਸ਼ ਪਾਉ ਉਹਦੇ ਲੈਣ ਆ ਜਾਂਦੇ ਹਾਂ ਉਦੋਂ ਲੈਣ ਆ ਜਾਂਦੇ ਸੀਗੇ ਤੁਸੀਂ ਦੇਖੋ ਪੂਰੀ ਪਲੈਨਿੰਗ ਦੇ ਤਹਿਤ ਪਰ ਅਸਲ ਦੇ ਵਿੱਚ ਹੁਣ ਇਹ ਬੀਬੀ ਦਾ ਇਹ ਗੱਲ ਕਹਿਣਾ ਕਿ ਬਾਬੇ ਨੇ ਮੈਨੂੰ ਵਸਜ ਕੀਤਾ ਸੀ ਤਾਂ 2 ਸਾਲਾਂ ਤੱਕ ਸਬੰਧ ਬਣੇ ਰਹੇ ਮੈਨੂੰ ਪਤਾ ਹੀ ਨਹੀਂ ਲੱਗਿਆ ਠੀਕ ਆ ਇੱਕ ਪਾਸੇ ਇਹ ਬੀਬੀ ਕਹਿੰਦੀ ਆ ਕਿ ਇਹ ਉਹਦੀ ਬਾਬੇ ਦੀਆਂ ਕਿਤੇ ਹੋਰ ਗੱਲਬਾਤ ਹੋ ਗਈ ਮੈਨੂੰ ਗੁੱਸਾ ਆ ਗਿਆ ਮੈਂ ਤਾਂ ਮੀੜਗਾ ਸਾਹਮਣੇ ਆ ਗਈ ਹੁਣ ਜੇ ਇਹਨੂੰ ਵਸਜ ਹੀ ਕੀਤਾ ਹੁੰਦਾ ਤੇ ਫਿਰ ਇਹ ਗੱਲ ਖੋਲਦੀ ਵੀ ਕਿਉਂ ਹਨਾ ਹੁਣ ਤੁਸੀਂ ਇਸ ਚੀਜ਼ ਨੂੰ ਦੱਸੋ ਵੀ ਕਿ ਇਹ ਇਥੇ ਨਹੀਂ ਕੱਲਾ ਕੱਲਾ ਇਹ ਪਰਿਵਾਰ ਦਾ ਜਾਂ ਕੱਲਾ ਇਸ ਦਾ ਮਸਲਾ ਨਹੀਂ ਹੈ ਕਿੰਨੇ ਕ ਪਰਿਵਾਰ ਕਿੰਨਿਆਂ ਕਦੇ ਨਾਲ ਇਹ ਜਿਹੜਾ ਸ਼ੋਸ਼ਣਾ ਹੋ ਰਿਹਾ ਹਨਾ ਕਿਹੜੇ ਤਰੀਕੇ ਨਾਲ ਪਰ ਲਾਨਤ ਹੈ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਪਤਾ ਲੱਗਣ ਤੋਂ ਬਾਅਦ ਵੀ ਸਚਾਈ ਸਾਹਮਣੇ ਆਉਣ ਤੋਂ ਬਾਅਦ ਵੀ ਉਹ ਉਹਨਾਂ ਬਾਬਿਆਂ ਦਾ ਖੜਾ ਨਹੀਂ ਛੱਡਦੇ ਉਹਨਾਂ ਬਾਬਿਆਂ ਦੇ ਫੇਰ ਉਸੇ ਦਰ ਤੇ ਜਾਂਦੇ ਆ ਉੱਥੇ ਜਾ ਕੇ ਫੇਰ ਮੱਥੇ ਰਗੜਦੇ ਆ ਠੀਕ ਆ ਇਹਨਾਂ ਦੀ ਗਲਤੀ ਤੇ ਮੈਂ ਮੰਨਦਾ ਹੈ ਗਿਆ ਅੱਛਾ ਬਾਬੇ ਨਾਲ ਤੁਹਾਡੀ ਗੱਲਬਾਤ ਹੁੰਦੀ ਸੀ ਕੋਈ ਫੋਨ ਨੰਬਰ ਹੈ ਤਾਂ ਮੈਨੂੰ ਲਿਖਾਓ ਆਪ ਬਾਬੇ ਨਾਲ ਗੱਲ ਤਾਂ ਕਰਕੇ ਵੇਖੀਏ ہاں ਕਰ ਲਓ ਜੀ ਡਾਇਲ ਕਰ ਲੈਂਦੇ ਆਪਾਂ ਕੋਸ਼ਿਸ਼ ਕਰਦੇ ਆ ਉਸ ਬਾਬੇ ਦੇ ਨਾਲ ਗੱਲਬਾਤ ਕਰਦੇ ਆ ਜੇ ਆਪਣਾ ਉਹਦੇ ਬਾਬੇ ਦੇ ਨਾਲ رابطہ ਕਾਇਮ ਹੋ ਗਿਆ ਤੇ ਜ਼ਰੂਰ ਪੁੱਛਾਂਗੇ ਆਪਾਂ ਫੋਨ ਤੇ ਵੀ ਬਾਬੇ ਦੀ ਕੀ ਗੱਲਬਾਤ ਸੀਗੀ ਜ਼ਰੂਰ ਕਰਾਂਗੇ। ਲਓ ਆਪਣੇ ਕੋਲੇ ਨੰਬਰ ਆ ਜਿਹੜਾ ਉਹ ਆ ਗਿਆ। ਆਪਾਂ ਲਾਉਣੇ ਆ ਬਾਬੇ ਦੇ ਨਾਲ رابطہ ਸਿੱਧਾ ਕਾਇਮ ਕਰਾਂਗੇ ਕਿ ਆਖਰਕਾਰ ਉਹਦੇ ਨਾਲ ਆਪਣੀ ਗੱਲਬਾਤ ਆ ਜਿਹੜੀ ਹੋ ਜਾਵੇ। ਲਓ ਰਿੰਗ ਜਾ ਚੁੱਕੀ ਆ। ਹੈਲੋ। ਹੈਲੋ। ਹਾਂਜੀ ਕੌਣ ਬੋਲਦਾ ਭਗਤ ਜੀ? ਬਾਬਾ ਜੀ ਬੋਲਦੇ ਨੇ ਜੀ ਸਿੰਘਾਂ ਵਾਲੇ। ਹਾਂਜੀ ਹਾਂਜੀ ਭਗਤ ਜੀ ਬਾਬਾ ਜੀ। ਮੈਂ ਪੱਤਰਕਾਰ ਬੋਲਦਾ ਬਾਬਾ ਜੀ ਪੱਤਰਕਾਰ ਬੋਲਦਾ। ਕੌਣ ਕਿਹੜਾ ਪੱਤਰਕਾਰ ਬੱਚਾ? ਜਿਹੜਾ ਤੁਹਾਡੇ ਤੇ ਕੰਪਲੀਟ ਹੋਈ ਹੈ ਜੀ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਜਿਹੜੇ ਜੀ ਉਹ ਉਹ ਇਹ ਜਿਹੜੇ ਇਲਜ਼ਾਮ ਤਾਂ ਬੱਚਾ ਸਾਡੇ ਤੇ ਬਾਪ ਦਾ ਤੇ ਲੱਗਦੇ ਹੀ ਰਹਿੰਦੇ ਆ ਨਹੀਂ ਲੱਗਦੇ ਨਹੀਂ ਜੀ ਆਖਰਕਾਰ ਤੁਸੀਂ ਵੇਖੋ ਤੁਹਾਡੇ ਕੋਲੇ ਲੋਕ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਆ ਤੁਸੀਂ ਇਸ ਜਿਹੜਾ ਲੜਕੀ ਤੇ ਆ ਠੀਕ ਆ ਦੋਨੇ ਜੀ ਇਹ ਤੁਹਾਡੇ ਕੋਲੇ ਆਉਂਦੇ ਸੀ ਤੁਸੀਂ ਇਹਨਾਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਇਹਨਾਂ ਦਾ ਜਿਹੜਾ ਸਬੰਧ ਬਣਾਇ ਕਿ ਇਹ ਸੱਚ ਆ ਭਗਤਾਂ ਕਿਹੜੇ ਗੜੀ ਗੱਲ ਕਰਦੇ ਆ ਕਿਹੜਾ ਭਗਤ ਆ ਸਾਡਾ ਤੁਹਾਡੇ ਕੋਲ ਇੱਕ ਮਿੰਟ ਇੱਕ ਮਿੰਟ ਜੀ ਕੀ ਨਾਮ ਆ ਬਈ ਤੇਰਾ ਮਾਟੋ ਆ ਜੀ ਮਾਟੋ ਮਾਟੋ ਆ ਨਾ ਆਇਦਾ ਜੀ ਮਾਟੋ ਨਾਲ ਤੁਸੀਂ ਸਬੰਧ ਬਣਾਏ ਆ ਮੈਂ ਨਹੀਂ ਕਿਸੇ ਮਾਟੋ ਮੂਟੋ ਨੂੰ ਜਾਣਦਾ ਬੱਚਾ ਮਾਟੋ ਮਾਟੋ ਤੁਹਾਡਾ ਨਾਮ ਨਹੀਂ ਬਾਬਾ ਮੈਨੂੰ ਮਿੱਠੀ ਕਹਿੰਦਾ ਹੁੰਦਾ ਸੀ ਬਾਬੇ ਦਾ ਨਾਮ ਮਿੱਠੀ ਰੱਖਿਆ ਸੀ ਤੇਰਾ ਹਾਂ ਜੀ ਮਿੱਠੀ ਆ ਬਾਬਾ ਜੀ ਇਹਦਾ ਨਾਮ ਜਿਹੜਾ ਤੁਸੀਂ ਰੱਖਿਆ ਪਿਆਰ ਨਾਲ ਮਿੱਠੀ ਬੋਲਦੀ ਮਿੱਠੀ 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 ਦਾ ਮਿੱਠੀ ਹੈ ਹੀ ਫਿਰ ਕੀ ਹੋ ਗਿਆ ਨਹੀਂ ਤੁਸੀਂ ਬਾਬਾ ਜੀ ਇਹ ਗੱਲ ਨੂੰ ਕਲੀਅਰ ਕਰੋ ਕਿਉਂਕਿ ਅਸਲ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਮੈਂ ਉਦਾਂ ਹੀ ਫੋਨ ਲਾਇਆ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਇੰਟਰਵਿਊ ਚੱਲ ਰਹੀ ਐ ਨਾ ਇਹ ਆਪਦਾ ਪੱਖ ਦੱਸ ਰਹੇ ਆ ਕੈਮਰਾ ਆਉਣ ਆ ਬਾਬਾ ਜੀ ਐਸੇ ਕਰਕੇ ਮੈਂ ਤੁਹਾਨੂੰ ਪੁੱਛਦਾ ਥੋਡੇ ਤੇ ਜਿਹੜੇ ਬਲੇਮ ਲਾਏ ਗਏ ਆ ਤੁਸੀਂ 2 ਸਾਲ ਤੱਕ ਜਿਹੜੇ ਇਹ ਮਿੱਠੀ ਦੇ ਨਾਲ ਜਿਹੜੀਆਂ ਗਲਤ ਹਰਕਤਾਂ ਕੀਤੀਆਂ ਸਬੰਧ ਬਣਾ ਕੇ ਰੱਖੇ ਕੀ ਇਹ ਸੱਚ ਆ ਦੇਖ ਬੱਚਾ ਸਾਡੇ ਕੋਲੇ ਬਥੇਰੇ ਭਗਤ ਆਉਂਦੇ ਆ ਭਗਤਣੀਆਂ ਬਥੇਰੀਆਂ ਆਉਂਦੀਆਂ ਸਾਡੇ ਕੋਲੇ ਹੂੰ ਇਲਾਜ ਕਰਨ ਵਾਸਤੇ ਤੇ ਅਸੀਂ ਸ਼ਰਦਾ ਭਾਵਨਾ ਨਾਲ ਇਲਾਜ ਵੀ ਕਰਦੇ ਆਂ ਲੋਕਾਂ ਦੇ ਕੰਮ ਸਵਾਰਦੇ ਆਂ ਅਸੀਂ ਬਾਬਾ ਜੀ ਇਹ ਇਲਾਜ ਕਿਹੜਾ ਹੋਇਆ ਜਿਹੜਾ ਤੁਸੀਂ ਫਾਇਦਾ ਠਾਉਣੇ ਹੋ ਜੇ ਤੁਹਾਡੇ ਕੋਲੇ ਕੋਈ ਸ਼ਰਦਾ ਨਾਲ ਆਉਂਦਾ ਇਹ ਕਿਹੜਾ ਇਲਾਜ ਕਰਦੇ ਹੋ ਤੁਸੀਂ ਕੱਲੀਆਂ ਬੀਬੀਆਂ ਨੂੰ ਅੰਦਰ ਆਉਣ ਦੀ ਜਿਹੜੀ ਆਪਾਂ ਆਗਿਆ ਦਿੰਦੇ ਹਾਂ ਬੰਦਿਆਂ ਨੂੰ ਕਿਉਂ ਨਹੀਂ ਦਿੰਦੇ ਇਹ ਤਾਂ ਜੀ ਮਗਰੋਂ ਲੋਕ ਇਲਜ਼ਾਮ ਲਾਉਣ ਲੱਗ ਜਾਂਦੇ ਐ ਸਾਰੇ ਸਵਾਰਥੀ ਲੋਕ ਐ ਇਹ ਬੱਚਾ ਤੂੰ ਇਹਨਾਂ ਨੂੰ ਨਹੀਂ ਜਾਣਦਾਗਾ ਜਦੋਂ ਸਾਡੇ ਨਾਲ ਸਾਡੇ ਕੋਲੇ ਆਉਂਦੇ ਆ ਸਾਰਾ ਕੁਝ ਇਹਨਾਂ ਨੂੰ ਖਰਚਾ ਪਾਣੀ ਸਾਰੇ ਕੁਝ ਦੀਜ ਆ ਇਹਨਾਂ ਨੂੰ ਤੇ ਜਦੋਂ ਫਿਰ ਇੱਕਦਾਂ ਵੀ ਕਿਸੇ ਦੀਆਂ ਉਂਗਲਾਂ ਤੇ ਲੱਗ ਕੇ ਵਿਰੋਧ ਕਰਨ ਲੱਗ ਜਾਂਦੇ ਆ ਤਾਂ ਫਿਰ ਇਲਜ਼ਾਮ ਲਾਉਣ ਲੱਗ ਜਾਂਦੇ ਆ ਕਿੰਨੀਆਂ ਸਾਲਾਂ ਤੋਂ ਇਹਨੇ ਕਰਨ 2 ਸਾਲਾਂ ਤੋਂ ਜੇ ਆਉਂਦੇ ਸੀ 2 ਸਾਲਾਂ ਤੋਂ ਕਿਉਂ ਨਹੀਂ ਇਲਜ਼ਾਮ ਸਾਡੇ ਤੇ ਲਾਏ ਭਗਤਾਂ ਇਹਨੇ ਬੇ ਕੋਈ ਗੱਲ ਬਾਬਾ ਜੀ ਕਹਿ ਰਹੇ ਨੇ ਕਿ ਆਖਰਕਾਰ 2 ਸਾਲਾਂ ਤੋਂ ਇਹ ਆਉਂਦੇ ਸੀ ਉਦੋਂ ਕਿਉਂ ਨਹੀਂ ਇਲਜ਼ਾਮ ਸਾਡੇ ਉੱਪਰ ਲਾਏ ਗਏ ਠੀਕ ਆ ਜੇ ਅਸੀਂ ਕੋਈ ਗਲਤ ਕਰਦੇ ਸੀ ਤਾਂ ਸਾਨੂੰ ਉਦੋਂ ਹੀ ਇਹਨਾਂ ਨੇ ਜਿਹੜੀ ਗੱਲ ਕਲੀਅਰ ਕਰਨੀ ਸੀ ਪਰ ਬਾਬਾ ਜੀ ਨਾਲ ਇਹ ਗੱਲ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਵਸ ਦੇ ਵਿੱਚ ਕੀਤਾ ਹੋਇਆ ਸੀ ਸਾਡੇ ਤੇ ਕੋਈ ਟੂਮਨ ਟਾਣਾ ਹੀ ਇਹੋ ਜਿਹਾ ਕੀਤਾ ਹੋਇਆ ਸੀ ਅਸੀਂ ਬੋਲ ਹੀ ਨਹੀਂ ਸਕੇ ਉਹ ਭਗਤਾਂ ਇਹੋ ਜਿਹਾ ਕੋਈ ਟੂਮਨ ਟਾਣਾ ਨਹੀਂ ਅਸੀਂ ਕਰਦੇ ਅਸੀਂ ਤਾਂ ਭਗਤੀ ਨਾਲ ਆਪਦੀ ਸ਼ਕਤੀ ਨਾਲ ਇਹਨਾਂ ਦੇ ਦੁੱਖ ਦੂਰ ਦੂਰ ਕਰਦੇ ਆਂ ਹੋਂ ਸਾਡੇ ਤੇ ਉੱਠ ਕੇ ਇਲਜ਼ਾਮ ਲਾਉਣ ਲੱਗੇ ਐ ਕਿਉਂ ਭਾਈ ਦੱਸੋ ਬਾਬਾ ਜੀ ਤਾਂ ਕਹਿੰਦੇ ਕੋਈ ਟੂਮਣ ਟਾਣਾ ਨਹੀਂ ਕੀਤਾ ਕੀਤਾ ਇਹ ਤਾਂ ਮੈਨੂੰ ਤਵੀਤ ਦਿੰਦੇ ਹੁੰਦੇ ਸੀ ਇਹ ਤਵੀਤ ਦਿੰਦੇ ਸੀ ਬਾਬਾ ਜੀ ਉਹ ਤਵੀਤ ਤਾਂ ਇਹਨਾਂ ਦੇ ਦਿਲ ਰੱਖਣ ਵਾਸਤੇ ਦੇਈਦੇ ਸੀ ਜੇ ਤਾਂ ਆਪ ਉਹ ਜੀ ਇਹ ਨਾ ਹੁਣ ਤੁਹਾਨੂੰ ਮੈਂ ਕੀ ਦੱਸਾਂ ਤੁਸੀਂ ਪੱਥਰ ਢਕਾਰੋ ਆਪ ਜਾਣੀ ਜਾਣੋ ਇਹ ਜਿਹੜੀਆਂ ਔਰਤਾਂ ਖੋਦ ਬਾਬਿਆਂ ਤੇ ਡੇਰੇ ਡਾਉਣ ਲੱਗ ਜਾਂਦੀਆਂ ਫਿਰ ਉਹਨਾਂ ਨੂੰ ਚੁੰਡਣ ਦੀਆਂ ਮਾਰੀਆਂ ਉਹਨਾਂ ਨੂੰ ਖਾਣ ਦੀਆਂ ਮਾਰੀਆਂ ਇਹਨਾਂ ਦਾ ਇੱਕ ਧੰਦਾ ਹੀ ਬਣਾ ਲੈਂਦੀਆਂ ਫਿਰ ਜਦੋਂ ਕੋਈ ਬਾਬਾ ਮਾੜੀ ਢਿੱਲ ਦੇ ਦੇਵੇ ਨਾ ਫਿਰ ਪੁੱਛੋ ਨਾ ਫਿਰ ਸਾਡਾ ਵੀ ਬਾਬਿਆਂ ਦਾ ਕੀ ਹਾਲ ਕਰਦੀਆਂ ਜਦੋਂ ਇਹਨਾਂ ਨੂੰ ਖੋਣਾ ਪਿਆਉਣਾ ਬੰਦ ਕਰ ਦਿਓ ਕੁਝ ਦੇਣਾ ਬੰਦ ਕਰ ਦਿਓ ਫਿਰ ਇਹ ਜੇ ਝੂਠੇ ਇਲਜ਼ਾਮ ਕਰਨ ਲੱਗ ਜਾਂਦੀਆਂ ਅੱਛਾ ਬਾਬਾ ਜੀ ਇਹ ਗੱਲ ਜਰੂਰ ਕਲੀਅਰ ਕਰਿਓ ਕੀ ਸੱਚਮੁੱਚ ਹੀ ਅੰਦਰ ਦੇ ਵਿੱਚ ਇਕੱਲੀ ਇਕੱਲੀ ਬੀਬੀ ਨੂੰ ਤੁਸੀਂ ਆਪਦੇ ਰੂਮ 'ਚ ਸਾਦੇ ਰਹੇ ਹੋ ਉਹ ਜੀ ਹਰ ਬੇਰੇ ਦਾ ਹਰ ਬਾਬੇ ਦਾ ਆਪ ਕੋ ਆਪਣਾ ਨਿਯਮ ਕਾਨੂੰਨ ਹੁੰਦਾ ਹੈ ਕਿਵੇਂ ਉਹ ਅੰਦਰ ਜਾ ਕੇ ਉਹਨੇ ਪੂਜਾ ਕਰਾਉਣੀ ਹੈ ਕਿਵੇਂ ਕੀ ਕਰਨਾ ਸਾਡੇ ਵੀ ਗੁਰੂ ਮਹਾਰਾਜ ਤੋਂ ਸਾਨੂੰ ਹੁਕਮ ਦਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਦਾ ਆਪਣੇ ਡੇਰੇ ਚ ਨਿਯਮ ਕਾਨੂੰਨ ਬਣਾ ਕੇ ਰੱਖਣਾ ਵੇਖੋ ਨਿਯਮ ਇਹ ਬਣਾ ਕੇ ਬਾਬਾ ਜੀ ਪਰ ਕੀ ਤੁਸੀਂ ਜਿਹੜੇ ਇਲਜ਼ਾਮ ਲੱਗੇ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਹੋ ਐਕਸੈਪਟ ਕਰਦੇ ਹੋ ਵੀ ਹਾਂ ਇਹ ਸੱਚ ਆ ਜੋ ਘੈ ਰਹੀ ਹੈ ਮਿੱਠੀ ਤੁਹਾਡੀ ਨਹੀਂ 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 ਇਹ ਸਿੱਟਾ ਸਭ ਝੂਠਾ ਸਭ ਅਸੀਂ ਇਹਨਾਂ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਗਏ ਸਭ ਝੂਠ ਹੈ ਝੂਠੇ ਇਲਜ਼ਾਮ ਲਗਾ ਰਹੀ ਐ ਸਭ ਓਕੇ ਬਾਬਾ ਜੀ ਤਾਂ ਠੀਕ ਆ ਜੀ ਠੀਕ ਆ ਜੀ ਬਾਬਾ ਜੀ ਹੁੰਦੇ ਰੋ ਬੱਚਾ ਦੇਖੋ ਜਿਹੜੀ ਗੱਲਬਾਤ ਆਪਣੀ ਇਹਨਾਂ ਜਿੱਥੇ ਇਹ ਜਾਂਦੇ ਸੀ ਜਿਸ ਬਾਬੇ ਦੇ ਕੋਲੇ ਉਹਦੇ ਨਾਲ ਆਪਣੀ ਗੱਲਬਾਤ ਹੋਈ ਆ ਉਹਨਾਂ ਦਾ ਇਹ ਕਹਿਣਾ ਕਿ ਆਖਰਕਾਰ ਇਹ 2 ਸਾਲਾਂ ਤੱਕ ਕਿਉਂ ਨਹੀਂ ਬੋਲੇ ਜਿਹੜੇ ਇਲਜ਼ਾਮ ਲਾਏ ਗਏ ਆ ਇਹ ਝੂਠੇ ਹੈ ਜੀ ਬਿਲਕੁਲ ਸਹੀ ਹੈ ਜੀ ਅਸੀਂ ਮੈਡੀਕਲ ਕਰਾ ਕੇ ਰਿਪੋਰਟ ਦਰਜ ਕਰਾਵਾਂਗੇ ਹੁਣ ਬਸ ਗੱਲ ਇਹ ਹੈ ਕਿ ਪੁਲਿਸ ਬਾਬੇ ਦੇ ਹੱਥ ਚ ਹੈ ਪੈਸਾ ਉਹਦੇ ਕੋਲ ਖੁੱਲਾਗਾ ਪੁਲਿਸ ਕੁਝ ਕਾਰਵਾਈ ਨਹੀਂ ਕਰਦੀ ਭਈ ਸਾਡੀ ਤੁਹਾਡੀ ਇਹ ਚੀਜ਼ ਬੜੀ ਖੁੱਲ ਕੇ ਸਾਹਮਣੇ ਆਉਂਦੀ ਹੈ ਚਲੋ ਜਿੱਥੇ ਪੁਲਿਸ ਨਹੀਂ ਕਾਰਵਾਈ ਕਰਦੀ ਉਥੇ ਜ਼ਰੂਰ ਕਹਿਣਾ ਬਣਦਾ ਉੱਥੇ ਜ਼ਰੂਰ ਪੁਲਿਸ ਤੇ ਸਵਾਲ ਆਪਾਂ ਨੂੰ ਚੱਕਣੇ ਚਾਹੀਦੇ ਆ ਜਿੱਥੇ ਇਹ ਬਾਬਿਆਂ ਕੋਲੇ ਆਪ ਖੁਦ ਚੱਲ ਕੇ ਬੀਬੀਆਂ ਜਾਂਦੀਆਂ ਜਾਂ ਇਹ ਜੇ ਬੰਦੇ ਛੱਡ ਕੇ ਆ ਜਾਂਦੇ ਆ ਜਿੱਥੇ 2-2 ਸਾਲਾਂ ਤੱਕ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਸਬੰਧ ਬਣੇ ਰਹਿੰਦੇ ਆ ਜਿੱਦ ਦੇ ਰੌਲਾ ਪੈ ਜੇ ਉਹਦੇ ਬਲਾਤਕਾਰ ਬਣਾ ਦਿੱਤਾ ਜਾਂਦਾ ਤੇ ਫਿਰ ਕਹਿੰਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਉਹ ਹਰਕਤ 'ਚ ਨਹੀਂ ਆਉਂਦੀ ਇਹਦੇ ਵਿੱਚ ਹੁਣ ਪੁਲਿਸ ਦਾ ਕੀ ਕਸੂਰ ਆ ਇਹ ਗੱਲ ਵੀ ਜ਼ਰੂਰ ਪੁਆਇੰਟ ਸੋਚਣ ਵਾਲਾ ਹਨ ਰੌਲਾ ਤਾਂ ਇਹ ਹੈ ਜੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਆ ਪੁਲਿਸ ਉਹਨਾਂ ਨੂੰ ਕੋਰਟ ਦੇ ਵਿੱਚ ਵੀ ਲਿਆ ਜਾਂਦੀ ਆ ਕੋਰ ਤੋਂ ਬਾਅਦ ਜੱਜ ਸਾਹਿਬ سزا ਵੀ ਸੁਣਾ ਦਿੰਦੇ ਆ ਕਿ ਉਸ ਤੋਂ ਬਾਅਦ ਸਾਡੇ ਲੋਕ ਜਾਣੋਂ ਹਟ ਜਾਂਦੇ ਆ ਕਿ ਸਾਡੇ ਲੋਕ ਉੱਥੇ ਮੂੰਹ ਮੋੜ ਲੈਂਦੇ ਆ ਨਹੀਂ ਇਹ ਤਾਂ ਉਦੋਂ ਵੱਡੀ ਗਿਣਤੀ 'ਚ ਜਾਂਦੇ ਆ ਤਾਂ ਖੜ ਖੜ ਕੇ ਵਿਰੋਧ ਕਰਦੇ ਆ ਤਾਂ ਕਈ ਵਾਰੀ ਪੁਲਿਸ ਵਾਲਿਆਂ ਤੇ ਵੀ ਡਲੇ ਚਲਾ ਦਿੰਦੇ ਆ ਤੁਹਾਨੂੰ ਲੱਗਦਾ ਵੀ ਜਿਹੜਾ ਤੁਸੀਂ ਇਹ ਕੰਮ ਕੀਤਾ ਜਾਂ ਜਿਹੜਾ ਉੱਥੇ ਤੁਸੀਂ 2 ਸਾਲਾਂ ਤੱਕ ਗਏ ਤੁਹਾਡੀ ਬਹੁਤ ਵੱਡੀ ਗਲਤੀ ਸੀ ਬਈ ਗਲਤੀ ਤਾਂ ਸੀ ਕਿ ਮੈਂ ਤਾਂ ਇਹੀ ਤੁਹਾਡੇ ਚੈਨਲ ਲਈ ਬੇਨਤੀ ਕਰੂੰਗਾ ਲੋਕਾਂ ਨੂੰ ਕਿ ਬਈ ਜਾਗੋ ਕਿ ਜਿਹੜਾ ਜੁੜਨਾ ਤਾਂ ਗੁਰੂ ਨਾਲ ਜੁੜੋ ਗੁਰਦਵਾਰੇ ਜਾਓ ਆਪਦੀ ਸੇਵਾ ਕਰੋ ਹਮ ਐਵੇਂ ਪਖੰਡੀਆਂ ਦੇ ਡੇਰਿਆਂ ਤੋਂ ਕੁਝ ਨਹੀਂ ਮਿਲਦਾ ਹਮ ਨਾ ਜਵਾਕ ਮਿਲੇ ਕਈ ਕਹਿੰਦੇ ਕਿ ਉੱਥੋਂ ਜਾਏ ਤਾਂ ਜਵਾਕ ਹੋ ਜਾਊਗਾ ਹਮ ਐ ਹੋ ਜਾਊਗਾ ਕੁਝ ਨਹੀਂ ਹੁੰਦਾ ਭਾਈ ਹਮ ਆਪਦੀ ਕਰਤ ਕਰੋ ਆਲਸ ਛੱਡੋ ਸਿੱਧੀ ਜੀ ਗੱਲ ਆਹੀ ਵੇਖੋ ਹੁਣ ਇਹ ਬੰਦਾ ਇਹ ਗੱਲਾਂ ਕਹਿ ਰਿਹਾ ਕਿਤੇ ਪਹਿਲਾਂ ਅੱਛਾ ਤੁਸੀਂ ਇੱਕ ਗੱਲ ਕਲੀਅਰ ਕਰਿਓ ਜਿਹੜੀ ਇਹਦੀ ਸਹੇਲੀ ਆ ਉਹਨੂੰ ਕਦੇ ਤੁਸੀਂ ਮਿਲੇ ਹੋ ਕਦੇ ਉਹਨਾਂ ਨੂੰ ਤੁਸੀਂ ਕਿਹਾ ਵੀ ਭਾਈ ਤੂੰ ਆ ਗੁੰਮਰਾਹ ਕਰਕੇ ਸਾਨੂੰ ਉੱਥੇ ਭੇਜਿਆ ਛੱਡਿਆ ਕਦੇ ਗੱਲ ਹੋਈ ਆ ਇੱਕ ਵਾਰੀ ਮੈਂ ਜਦੋਂ ਆ ਗੱਲਬਾਤ ਹੋਈ ਉਹ ਤੋਂ ਬਾਅਦ ਮੈਂ ਉਹਨੂੰ ਫੋਨ ਤੇ ਗਾਲਾਂ ਗੋਲਾਂ ਕੱਢੀਆਂ ਜੀ ਹੂੰ ਤੇ ਹੁਣ ਉਹ ਮੇਰਾ ਫੋਨ ਹੀ ਨਹੀਂ ਚੱਗਦੀ ਕਿਉਂਕਿ ਮੇਨ ਗੱਲ ਤਾਂ ਗਲਤੀ ਤਾਂ ਉਹਦੀ ਆ ਨਾ ਕਿਉਂ ਨੇ ਸਾਨੂੰ ਕੀ ਕਿਹਾ ਉਹਨੇ ਤੁਹਾਨੂੰ ਕਿਹਾ ਵੀ ਮੇਰੇ ਨਾਲ ਇਹ ਜਿਹਾ ਕੋਈ ਨਹੀਂ ਹੋਇਆ ਤੁਸੀਂ ਉਹੀ ਕਹਿੰਦੇ ਹੋ ਕੋਈ ਗੱਲ ਤਾਂ ਕੀਤੀ ਹੋ ਤੁਸੀਂ ਗਾਲਾਂ ਕੱਢੀਆਂ ਉਹ ਤਾਂ ਹਜੇ ਵੀ ਪੱਕੀ ਸਾਧ ਨਹੀਂ ਆ ਜੀ ਉਹਦੀ ਉਹ ਤਾਂ ਕਹਿੰਦੀ ਕਿ ਬਾਬਾ ਸਾਡਾ ਹੈ ਹੀ ਨਹੀਂ ਤੁਸੀਂ ਪੈਸਾ ਅਮਰੇ ਬਲੈਕਮੇਲ ਕਰਦੇ ਹਾਂ ਉਹਨੂੰ ਐ ਕਰਦੇ ਆ ਜੋਂ ਕਰਦੇ ਆ ਅਸੀਂ ਬਾਬਾ ਜੀ ਨੇ ਵੀ ਕਿਹਾ ਕਿ ਮੈਂ ਖਰਚਾ ਦਿੰਦਾ ਸੀ ਮੈਂ ਇਹਨਾਂ ਨੂੰ ਸਾਰਾ ਕੁਝ ਦਿੰਦਾ ਸੀ ਕਿ ਖਰਚਾ ਪੈਸਾ ਟਕਾ ਕੋਈ ਸਮਾਨ ਦਿੰਦਾ ਸੀ ਕਰਦਾ ਕੁਝ ਨਹੀਂ ਬਾਬਾ ਦਿੰਦਾ ਸੀ ਮੈਂ ਤਾਂ ਆਪਦੇ ਘਰੋਂ ਖਾਣਾ ਲੈ ਕੇ ਆਂਦੀ ਸੀ ਬਾਬੇ ਲਈ ਤਾਂ ਹੂੰ ਉਹ ਲੋ ਕਹਿੰਦੇ ਸੀ ਇਹ ਮਟਰ ਪਨੀਰ ਬਣਾ ਕੇ ਲਿਆ ਦੇ ਆ ਲਿਆ ਦੇ ਉਹ ਲਿਆ ਦੇ ਸਬਜ਼ੀ ਦਾ ਦੱਸ ਦਿੰਦੇ ਸੀ ਸਾਰੀ ਸਬਜ਼ੀ ਵੀ ਖਾਣਾ ਵੀ ਮੈਂ ਪਰੌਠੇ ਕਹਿੰਦੇ ਸੀ ਲਿਆ ਕੇ ਦੇ ਦਈਦੇ ਸੀਗੇ ਉਹ ਸਾਰਾ ਕੁਝ ਮੈਂ ਆਪਣੇ ਘਰੋਂ ਬਣਾ ਕੇ ਲੈ ਕੋਈ ਖਰਚਾ ਨਹੀਂ ਸੀ ਦਿੰਦੇਗੇ ਤੇ ਫਿਰ ਬਾਬਾ ਜੀ ਨੇ ਤੇ ਇਹ ਗਿਆ ਉਹ ਕਹਿੰਦਾ ਵੀ ਹੁਣੇ ਮੇਰੇ ਤੇ ਸਿਰਫ ਉਹੀ ਇਲਜ਼ਾਮ ਲਾਈ ਜਾਂਦੇ ਆ ਇਲਜ਼ਾਮ ਕਿਉਂ ਵੀਰੇ ਬੋਲਦੀਆਂ ਨਹੀਂ ਗੀਆਂ ਨੇ ਬੱਸ ਜੀ ਕੀਤੀਆਂ ਵੀ ਇਹ ਬੁੜੀਆਂ ਸਾਰੀਆਂ ਹਣ ਤੁਸੀਂ ਦੇਖੋ ਇਹ ਇਹ ਜਿਹੜੀ ਗੱਲਬਾਤ ਇੱਥੇ ਸਾਹਮਣੇ ਹੋਈ ਆ ਹੁਣ ਕੀ ਚਾਹਣਿਓ ਕਿਦਾਂ ਦਾ ਇਨਸਾਫ ਚਾਹਣਿਓ ਇਨਸਾਫ ਬਈ ਜੇਲ ਹੋਵੇ ਤੇ ਸਾਨੂੰ ਮੁਆਵਜ਼ਾ ਮਿਲੇ ਬਸ ਆਹੀ ਗੱਲ ਜਿਹੜਾ ਮੁਆਵਜ਼ਾ ਕਾਦਾ ਲੈਣਾ ਤੂੰ ਦੋ ਸਾਲ ਤੋਂ ਸੋਸ਼ਣ ਕੀਤਾ ਜੀ ਮੇਰੀ ਘਰ ਵਾਲੀ ਦਾ ਸਾਡੀ ਇੱਜ਼ਤ ਰੋਲਤੀ ਜਾਵਾ ਮੈਂ ਤਾਂ ਘਰੋਂ ਬਾਹਰ ਨਿਕਲਣ ਕੰਮ ਨਹੀਂ ਮੇਰਾ ਚੱਲਦਾ ਬਈ ਹੁਣ ਮੈਂ ਬਾਹਰ ਨਿਕਲਦਾ ਲੋਕ ਟਿਚਣਾ ਕਰਦੇ ਆਗੇ ਤੁਹਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾਗਾ ਕਿ ਸਾਡਾ ਜਿਹੜਾ ਰਹਿਣ-ਬਹਿਣ ਆ ਉਹਦਾ ਖਰਚਾ ਚੱਕੇ ਬਾਬਾ ਤੁਸੀਂ ਦੇਖੋ ਇਹ ਵੀ ਗੱਲ ਕਹੀ ਜਾਂਦੀ ਆ ਇਹਦੇ ਬਾਈ ਦੇ ਵੱਲੋਂ ਕਿ ਆਖਿਆ 2 ਸਾਲ ਉੱਥੇ ਸ਼ੋਸ਼ਣ ਹੋਇਆ ਸਾਨੂੰ ਉਹਦਾ ਮੁਆਵਜ਼ਾ ਵੀ ਮਿਲੇ ਸਾਡੇ ਘਰਬਾਰ ਦਾ ਖਰਚਾ ਜਦੋਂ ਬਾਬਾ ਜੇਲ੍ਹ ਚੁੱਟ ਗਿਆ ਫਿਰ ਤੁਹਾਨੂੰ ਖਰਚਾ ਕੀ ਮਿਲਣਾ ਨਹੀਂ ਖਰਚਾ ਤਾਂ ਹੁਣ ਬਾਬੇ ਕੋਲੋਂ ਕਿਹੜਾ ਥੋੜਾ ਪੈਸਾਗਾ ਸਾਨੂੰ ਉਹਦੇ ਜੋ ਦੇ ਦੇ ਅਸੀਂ ਆਦਾ ਕੇਸ ਵਾਪਸ ਲੈ ਲਾਂਗੇ ਦੇਖੋ ਤੁਸੀਂ ਕੀ ਚਾਉਨੇ ਵੀ ਕੇ ਇਸ ਵਾਪਸ ਹੋ ਜੂਈਏ ਬਾਬਾ ਤੁਹਾਨੂੰ ਪੈਸੇ ਦੇ ਦਿੰਦਾ ਨਹੀਂ ਵੀਰੇ ਸਾਨੂੰ ਪੈਸੇ ਦੀ ਜ਼ਰੂਰਤ ਨਹੀਂ ਕਿ ਨਾ ਅਸੀਂ ਕੇਸ ਹੀ ਕਰਨਾ ਨਹੀਂ ਅਸੀਂ ਕੇਸ ਵਾਪਸ ਲੈਣਾ ਇਹ ਤਾਂ ਕਹਿੰਦਾ ਪੈਸੇ ਦੇ ਦੋ ਕੇਸ ਵਾਪਸ ਲੈ ਲਵਾਂ ਨਹੀਂ ਅਸੀਂ ਐਜੇ ਬਾਬਿਆਂ ਨੂੰ ਨਾ ਹੱਥ ਕੰਨੀ ਹੱਥ ਲਵਾਉਣੇ ਕੰਨੀ ਤੁਸੀਂ ਦੇਖੋ ਅਸਲ ਦੇ ਵਿੱਚ ਇਹ ਬੰਦਿਆਂ ਦਾ ਵੀ ਕਸੂਰ ਆ ਜਿਹੜੇ ਅੱਜ ਵੀ ਕਿਤੇ ਨਾ ਕਿਤੇ ਇਹ ਗੇਮ ਵਿੱਚ ਖੜੇ ਆ ਜਿੱਥੇ ਸਾਰਾ ਕੁਝ ਪਤਾ ਲੱਗਦਾ ਤੁਸੀਂ ਇਹ ਦੇਖਿਓ ਇਹ ਵੀਡੀਓ ਤੋਂ ਦੇਖਣ ਤੋਂ ਬਾਅਦ ਵੀ ਲੋਕਾਂ ਨੇ ਕਿਤੇ ਸਮਝਣਾ ਨਹੀਂ ਸਾਡਾ ਤਾਂ ਇੱਕ ਫਰਜ਼ ਆ ਜਿਹੜੀ ਗੱਲ ਤੁਹਾਡੇ ਸਾਹਮਣੇ ਸੱਚ ਲੈ ਕੇ ਆਉਣਾ ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਹੀ ਮਾ ਮੰਦਾ ਬੋਲਦਣਾ ਠੀਕ ਆ ਹੁਣ ਇਹ ਜੇ ਬੰਦੇ ਜਿਹੜੇ ਕਹਿੰਦੇ ਕਿ ਸਾਨੂੰ ਸਿਰਫ ਪੈਸਾ ਚਾਹੀਦਾ ਹੁਣ ਕਿੰਨੇ ਬੰਦੇ ਦੇਖਣਗੇ ਵੀਡੀਓ ਪਰ ਉਹਨਾਂ ਚ ਬਹੁਤ ਇਹੀ ਕਹਣਗੇ ਵੀ ਨਹੀਂ ਨਹੀਂ ਜੀ ਇਹ ਤਾਂ ਬਾਬਿਆਂ ਚ ਸ਼ਕਤੀ ਸੀ ਇਹ ਤਾਂ ਆ ਸੀ ਪਰ ਮਿਹਨਤ ਕਰੋ ਰੱਬ ਆਪੇ ਹੀ ਤੁਹਾਡੀ ਮਦਦ ਕਰਦਾ ਪਰ ਤੁਹਾਡੇ ਬਿਆਨ ਤੇ ਆਪਸ ਦੇ ਵਿੱਚ ਰਲਦੇ ਨਹੀਂ ਤਾਂ ਹਜੇ ਵੀ ਕਹਿੰਦਾ ਬਾਬਾ ਪੈਸੇ ਦੇ ਦੇ ਕੋਈ ਚੱਕਰ ਨਹੀਂ ਨਹੀਂ ਵੀਰੇ ਪੈਸੇ ਲੈਣੇ ਨਹੀਂ ਗਏ ਸੀ ਤਾਂ ਬਾਬੇ ਨੇ ਹੀ ਫੜਾਉਣਾ ਹੈ ਪਰ ਕੀ ਕਰਨਾ ਹੈ ਕਿਉਂ ਜੀ ਦੱਸੋ ਘਰ ਦੇ ਹਾਲਾਤ ਹੀ ਇਹੋ ਜਿਹੇ ਆ ਬਾਈ ਨੇ ਜੇ ਹਾਲਾਤ ਆ ਹੁਣ ਇਹਨਾਂ ਨੇ ਤੁਸੀਂ ਪਰਚਾ ਕਰਾਤਾ ਬਾਬੇ ਤੇ ਵੀ 2 ਸਾਲ ਤੱਕ ਉਹਨੇ ਸੰਬੰਧ ਬਣਾਏ ਹੁਣ ਤੁਸੀਂ ਕਹਿੰਦੇ ਸਾਨੂੰ ਪੈਸੇ ਚਾਹੀਦੇ ਹੋ ਜੇ ਬਾਬੇ ਨੇ ਉਸਨੇ ਪੈਸੇ ਨਾ ਦਿੱਤੇ ਤਾਂ ਹੋਰ ਬਾਬੇ ਕੋਲੇ ਜਾਓਗੇ ਨਹੀਂ ਹੁਣ ਤਾਂ ਵੀ ਕੰਨੀ ਹੱਥ ਲੱਗ ਗਏ ਆ ਹੂੰ ਅਈ ਜਾਂਦੇ ਨੇ ਆਪਦੀ ਮਿਹਨਤ ਕਰਾਂਗੇ ਜੇ ਹਾਂ ਬਾਬਾ ਥੋੜਾ ਬੱਧ ਤਾਂ ਕੋਈ ਕਰ ਦੇ ਤਾਂ ਅਸੀਂ ਕੰਪਰੋਮਾਈਜ਼ ਕਰ ਲਾਂਗੇ ਕੋਈ ਗੱਲ ਨਹੀਂ ਕਹੋ ਜੀ ਪਹਿਲਾਂ ਤਾਂ ਬਿਆਨ ਦੱਸੋ ਇਹ ਤਾਂ ਕਹਿੰਦੇ ਕੰਪਰੋਮਾਈਜ਼ ਕਰਾਂਗੇ ਨਹੀਂ ਨਹੀਂ ਵੀਰੇ ਹੁਣ ਫੇਰ ਇਹਨਾਂ ਦੇ ਦਿਮਾਗ ਤੇ ਲੋਡ ਪਿਆ ਵੀ ਆ ਇਹਨਾਂ ਨੂੰ ਇਹ ਆ ਕਿ ਅਸੀਂ ਵਧੀਆ ਸਰਦਨ ਨਾਲ ਜਾਂਦੇ ਹੁੰਦੇ ਸੀਗੇ ਵੀ ਇੱਕਦਮ ਸਾਡੇ ਨਾਲ ਕੀ ਹੋ ਗਿਆ ਹਨਾ ਤੇ ਅਸੀਂ ਪਰਚਾ ਨਹੀਂ ਵਾਪਸ ਲੈਣਾਗਾ ਤੇ ਇਹ ਤਾਂ ਕਹਿੰਦਾ ਵਾਪਸ ਲੈਣਾ ਪਰਚਾ ਨਹੀਂ ਲੈਣਾ ਵੀਰੇ ਕਿਉਂ ਜੇਲ੍ਹ ਹੀ ਕਰਾਉਣੀ ਆ ਬਾਬੇ ਨੂੰ ਨਹੀਂ ਫਿਰ ਇਹਨਾਂ ਦੀ ਮੰਨੋਗੇ ਕੀ ਦੀ ਮੰਨੋਗੇ ਨਾਲ ਥੋੜੇ ਜਾਣਗੇ ਨਾਲ ਹੀ ਜਾਣਗੇ ਵੀਰੇ ਹੂੰ ਪਰ ਪਰਚਾ ਨਹੀਂ ਅਸੀਂ ਵਾਪਸ ਤੇ ਇਹਨੇ ਉੱਥੇ ਜਾ ਕੇ ਕਹਿਤਾ ਕੋਰਟ 'ਚ ਵੀ ਹਾਂ ਵੀ ਪਰਚਾ ਵਾਪਸ ਕਰੋ ਅਸੀਂ ਤਾਂ ਵਾਪਸ ਲੈਣਾ ਫੇਰ ਕੀ ਕਰੂਗਾ ਮੇਰੇ ਬੀਤਿਆਂ ਤਾਂ ਮੇਰੇ ਨਾਲ ਹੀ ਹੈ ਮੈਨੂੰ ਪਤਾ ਮੇਰੇ ਨਾਲ ਜੋ ਕੁਝ ਹੋਇਆ ਬਿਲਕੁਲ ਇਹਨਾਂ ਦਾ ਹੁਣ ਇਹ ਗੱਲ ਕਹਿਣਾ ਜਿਹੜਾ ਤੁਹਾਨੂੰ ਇਹ ਦਿਖਾਈ ਆ ਗੱਲਬਾਤ ਘਰ ਵਾਲਾ ਹਜੇ ਵੀ ਇਹ ਗੱਲ ਕਹਿ ਰਿਹਾ ਕਿ ਆਖਰਕਾਰ ਪੈਸੇ ਮਿਲ ਜਾਣ ਬਾਬਾ ਜੀ ਸਾਨੂੰ ਮੁਆਵਜ਼ਾ ਦੇ ਦੇ ਸਾਡੇ ਘਰ ਦਾ ਤੋਰਾ ਤੋੜ ਦੇ ਤੇ ਅਸੀਂ ਬਾਬੇ ਤੇ ਪਾਇਆ ਬਲਾਦ ਕਰਦਾ ਪਰਚਾ ਵਾਪਸ ਲੈ ਲਾਂਗੇ ਪਰ ਘਰ ਵਾਲੀ ਇਹ ਗੱਲ ਕਹਿੰਦੀ ਹੈ ਕਿ ਨਹੀਂ ਇਹ ਪਰਚਾ ਕਦੇ ਵਾਪਸ ਨਹੀਂ ਲਿਆਇਆ ਜਾਊਗਾ ਬਾਬੇ ਨੇ ਜੋ ਕੀਤਾ ਉਹਦੀ ਉਹਨੂੰ ਅਸੀਂ ਸਜ਼ਾ ਦਿਵਾ ਕੇ ਰਹਾਗੇ ਕਿਉਂਕਿ ਮੇਰੇ ਨਾਲ ਬੀਤੀਆਂ ਪਰ ਅਸਲ ਦੇ ਵਿੱਚ ਸਾਡੀ ਤੇ ਕੋਸ਼ਿਸ਼ ਹੁੰਦੀ ਆ ਮਲੂਕਾ ਟੀਵੀ ਦੀ ਅਸੀਂ ਕਿਸੇ ਵੀ ਸੰਸਥਾ ਦੇ ਵਿਰੋਧੀ ਨਹੀਂ ਕਿਸੇ ਡੇਰੇ ਦੇ ਵਿਰੋਧੀ ਨਹੀਂ ਕਿਸੇ ਹੋਰ ਧਾਰਮਿਕ ਸਥਾਨ ਦੇ ਵਿਰੋਧੀ ਨਹੀਂ ਠੀਕਾ ਨਾ ਕਿਸੇ ਬਾਬਿਆਂ ਦੇ ਵਿਰੋਧੀ ਆ ਪਰ ਅਸਲ ਦੇ ਵਿੱਚ ਅਸੀਂ ਵਿਰੋਧੀ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਸੱਚ ਪਤਾ ਲੱਗਣ ਤੋਂ ਬਾਅਦ ਵੀ ਉਹ ਅਜੇਹੇ ਟਕਾਣਿਆਂ ਤੇ ਜਾਣ ਦਾ ਖਹਿੜਾ ਨਹੀਂ ਛੱਡਦੇ ਜਿਹੜੇ ਬਲਾਤਕਾਰੀਆਂ ਦਾ ਪਤਾ ਲੱਗਣ ਤੋਂ ਬਾਅਦ ਵੀ ਉਹਨਾਂ ਦੀ ਸਪੋਰਟ ਕਰਦੇ ਆ ਉਹਨਾਂ ਦੇ ਹੱਕ 'ਚ ਖੜਦੇ ਆ ਠੀਕ ਆ ਅਸੀਂ ਤਾਂ ਮਲੂਕਾ ਟੀਵੀ ਤੇ ਪੂਰੀ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਸਮਝਣ ਦੀ ਕੋਸ਼ਿਸ਼ ਤੁਸੀਂ ਕਰਨਾ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ